माझे एरिए दे एक बहुत ही जिंदादिल इंसान दे तुहानू घरे लैके आया बाई हैप्पी दीप सिंह दे फार्म ते लैके आया सजनों। बाई हैप्पी दीप सिंह एक शरीरक प्रॉब्लम आ गई सी, इन्हां दी बहुत कमाल स्टोरी है जिंदगी दी, वो स्टोरी तुहानू अगली वीडियो च दसूँगा। पहलां इन्हां दे जानवर आ जिहड़े वो दिखा दें सोहणे सजनों। बाई दे फार्म ते एक घोड़ा है, इहदा नां शहबाज आ सोहणे सजनों। ये घोड़े बारे सारी जानकारी तो वीडियो दे विच ही मिलेगी तुहानू, पर तुहानू मैं मोटी जी जानकारी दे दिया कि यह जिहड़ा सज्जनों घोड़ा ये मालकां दे भाई देव का बच्चा, यह तो देव प्रभात का प्रभात घोड़े का पोता है, तो जिहड़ी दी माँ है वह पायल घोड़े की बच्ची सी सोहणे सज्जनों, तो पायल सीगा तूफान का। इस घोड़े तो बाई हुणां ने बहुत ही घट पैसों के स्टड सर्विस आ जिहड़ी वह देनी स्टार्ट की आ, सिर्फ 21,000 रुपये दे विच वह स्टड सर्विस आ जिहड़ी वह दे दिया करनगे। तो जे कोई सज्जन नहीं दे सकता होगा पैसे तो तां भी कोई डिक्का नहीं गा, फिर 21,000 रुपये नालों घट च भी सर सकता जे बंदे कोले समर्था नहीं गी सज्जनों। ਇਹ ਵੀ ਬਾਈ ਹੁਣਾਂ ਨੇ ਮੈਨੂੰ ਸਪੈਸ਼ਲ, ਹੈਪੀ ਬਾਈ ਨੇ ਮੈਨੂੰ ਇਹ ਗੱਲ ਸਪੈਸ਼ਲ ਕਹਿ ਕੇ ਭੇਜੀ ਆ ਕਿ ਕੋਈ ਗੱਲ ਨਹੀਂ, ਜੇ ਕੋਈ ਬੰਦਾ ਗਰੀਬ ਆ ਸਮਰੱਥਾ ਨਹੀਂ ਰੱਖਦਾ ਤਾਂ ਫਿਰ ਕੋਈ ਗੱਲ ਨਹੀਂ, ਫਿਰ ਉਹੋ ਜਿਹਾ ਹਿਸਾਬ ਕਿਤਾਬ ਆ ਜਿਹੜਾ ਕੀਤਾ ਜਾਊਗਾ ਸੋਹਣੇ ਸਜਣੋਂ। ਅਤੇ ਇੱਕ ਫਾਰਮ 'ਤੇ ਹੋਰ ਵੀ ਜਾਨਵਰ ਬਹੁਤ ਸੋਹਣੇ ਸੋਹਣੇ ਜਾਨਵਰ ਆ, ਤੁਹਾਨੂੰ ਦਿਖਾਉਣਾ ਵੀ ਆ, ਅਤੇ ਕੁਛ ਜਾਨਵਰ ਆ ਜਿਹੜੇ ਬੱਚੇ ਬੁੱਚੇ ਆ ਬਾਈ ਹੁਣਾਂ ਨੇ ਸੇਲ ਵੀ ਕਰਨੇ ਆ, ਕਿਹੜੇ ਸੇਲ ਕਰਨੇ ਆ ਕਿਹੜੇ ਨਹੀਂ ਕਰਨੇ ਉਹ ਵੀ ਪੁੱਛ ਲਿਓ। ਇੱਕ ਆਹ ਬਛੇਰੀ, ਇਹ ਤਾਂ ਮੈਨੂੰ ਵੈਸੇ ਦਿਲਚਸਪੀ ਹੋ ਗਈ ਬੱਚੀ ਦੇ ਵਿੱਚ, ਇਹਨੂੰ ਇੱਕ ਦਿਨ ਹੀ ਹੋਇਆ ਪੈਦਾ ਹੋਈ ਨੂੰ, ਕਾਲੇ ਕਾਂਟੇ ਦੀ ਬੱਚੀ ਆ ਸੋਹਣੇ ਸੱਜਣੋਂ, ਕਨਫਰਮ ਖੁਦ ਘੋੜੀ ਮੇਟ ਕਰਾ ਕੇ ਲਿਆਇਆ ਸੀ ਕਾਲੇ ਕਾਂਟੇ ਤੋਂ। ਅਤੇ ਇਹ ਕਾਲੇ ਕਾਂਟੇ ਦੀ ਬੱਚੀ ਆ ਬਾਈ ਹੁਣਾਂ ਦੇ ਫਾਰਮ 'ਤੇ, ਬੜੀ ਸੋਹਣੀ ਲੱਗੀ ਮੈਨੂੰ, ਮੱਥੇ ਪਟਾ ਪੁਟਾ, ਅਤੇ ਬੱਚੀ ਦੀ ਗਰਦਨ ਗੁਰਦਨ ਬੜੀ ਸੋਹਣੀ ਆ ਤੁਸੀਂ ਦੇਖੋਗੇ। ਅਤੇ ਇਹ ਹਜੇ ਇੱਕ ਦਿਨ ਦੂ ਹੀ ਸੀਗੀ। ਅਤੇ ਆਹ ਬਛੇਰਾ ਬਹੁਤ ਸੋਹਣਾ ਸੋਹਣਿਓ ਸੱਜਣੋਂ, ਇਹ ਹੰਸ ਘੋੜੇ ਦਾ ਬੱਚਾ, ਰਾਜ ਹੰਸ ਘੋੜੇ ਦਾ, ਬਾਦਲਾਂ ਵਾਲੇ ਰਾਜ ਹੰਸ ਘੋੜੇ ਦਾ ਪੋਤਰਾ, ਇਹਦੇ ਬਾਪ ਦਾ DNA ਹੋਇਆ ਵਾ ਸੋਹਣੇ ਸੱਜਣੋਂ। ਇਹ ਬਛੇਰਾ ਹੋ ਸਕਦਾ ਬਈ ਤੁਹਾਨੂੰ ਮਿਲ ਸਕਦਾ, ਜੇ ਤੁਸੀਂ ਚਾਹੋ ਗੱਲਬਾਤ ਕਰਨੀ ਤਾਂ ਤੁਸੀਂ ਬਾਈ ਦੇ ਬੇਟੇ ਦਾ ਨੰਬਰ ਆ ਜਿਹੜਾ ਉਹ ਸਕਰੀਨ 'ਤੇ ਦਿਖਾਈ ਦੇ ਰਿਹਾ, ਉਹਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ, ਤੁਹਾਡੀ ਗੱਲਬਾਤ ਬਣ ਸਕਦੀ ਆ। ਅਤੇ ਇੱਕ ਤੁਹਾਨੂੰ ਬਛੇਰੀ ਦਿਖਾ ਦਿੰਦੇ ਹਾਂ, ਨਾਗ ਘੋੜੇ ਦੀ ਪੋਤੀ ਆ, ਮੱਝੂ ਕਹਿੰਦੇ ਨਾਗ ਘੋੜੇ ਦੀ ਸੋਹਣਿਓ ਸੱਜਣੋਂ ਪੋਤਰੀ ਆ। ਅਤੇ ਇਹ ਕਹਿੰਦੇ ਵੀ ਭਾਈ 6.5 ਮਹੀਨੇ, ਸਕਰੀਨ 'ਤੇ ਤਾਂ ਮੇਰੇ 6 ਮਹੀਨੇ ਲਿਖਿਆ ਗਿਆ ਪਰ 6.5 ਮਹੀਨੇ ਉਮਰ ਦੱਸਿਆ ਮਾਲਕਾਂ ਨੇ। ਅਤੇ ਉਹ ਕਹਿੰਦੇ ਭਾਈ ਹੋ ਸਕਦਾ ਵੀ ਆਹ ਬਛੇਰੀ ਵੀ ਜੇ ਕਿਸੇ ਦੇ ਘਰ ਦਾ ਅੰਨ ਜਲ ਹੋਇਆ ਤਾਂ ਦੇ ਦਿਆਂਗੇ। ਆ ਜਾਓ ਫਾਰਮ 'ਤੇ ਮਾਰਦੇ ਹਾਂ ਗੇੜਾ, ਨਾਲੇ ਕਰਦੇ ਹਾਂ ਗੱਲਾਂ ਬਾਤਾਂ। ਮਾਝੇ ਏਰੀਏ ਦਾ ਇੱਕ ਫਾਰਮ ਦਿਖਾਉਣਾ ਹੈ ਸੋਹਣੇ ਸੱਜਣੋਂ ਮੈਂ। ਫਾਰਮ ਹੈ ਸਰਦਾਰ ਹੈਪੀ ਦੀਪ ਸਿੰਘ ਦਾ, ਮਗਰਲੇ ਪਾਸੇ ਬੋੜਾਂ ਦੇ ਜਿਹੜੇ ਰੁੱਖ ਹੈ ਉਹ ਤੁਹਾਨੂੰ ਦਿਖਾਈ ਦਿੰਦੇ ਆ, ਬਹੁਤ ਸਾਲ ਪੁਰਾਣੇ ਆ। ਮੇਰੀ ਜਿਹੜੀ ਖਿੱਚ ਦਾ ਕੈਮਰਾ ਇਹਨਾਂ ਦੇ ਫਾਰਮ 'ਤੇ ਲੱਗਿਆ ਹੋਇਆ, ਬੋੜ ਬਹੁਤ ਕਮਾਲ। ਆਪਾਂ ਫਾਰਮ 'ਤੇ ਮਾੜੀ ਜਿਹੀ ਨਿਗਾਹ ਮਾਰਦੇ, ਸੰਧੂ ਸਟੱਡ ਫਾਰਮ ਹੈ, ਪਿੰਡ ਮਾੜੀ ਉਦੋਕੇ, ਤਹਿਸੀਲ ਪੱਟੀ, ਡਿਸਟ੍ਰਿਕਟ ਤਰਨ ਤਾਰਨ ਸਾਹਿਬ। ਮੈਂ ਤੁਹਾਨੂੰ ਘੋੜੇ ਵੀ ਦਿਖਾਉਂਦੇ ਹਾਂ, ਤੁਹਾਨੂੰ ਫਾਰਮ ਵੀ ਦਿਖਾਉਂਦੇ ਹਾਂ ਸੋਹਣਿਓ ਸੱਜਣੋਂ। ਆਹ ਮਾੜਾ ਜਿਹਾ ਪ੍ਰੀਤ, ਆਹ ਬੋਰਡ ਦਿਖਾਈ, ਕਿੱਡੇ ਕਿੱਡੇ ਪੁਰਾਣੇ ਬੋਰਡ ਲੱਗੇ ਹੋਏ ਆ ਯਾਰ। ਪਹਿਲਾਂ ਤਾਂ ਮੈਂ ਇਹਨਾਂ ਰੁੱਖਾਂ, ਆਪਾਂ ਇਹ ਕਹਿ ਸਕਦੇ ਵੀ ਇਹਨਾਂ ਰੁੱਖਾਂ ਬਾਰੇ ਕੀ ਸ਼ਬਦ ਬੋਲਾਂ ਯਾਰ, ਵੀ ਜੋ ਇਹ ਹੈਗੇ ਆ, ਪਤਾ ਨਹੀਂ ਇਹਨਾਂ ਨੇ ਕਿੰਨੀਆਂ ਪੀੜ੍ਹੀਆਂ ਵੇਖ ਲਈਆਂ ਇੱਥੇ ਖੜਿਆਂ ਨੇ, ਕਿੰਨੀਆਂ ਪੀੜ੍ਹੀਆਂ ਦੇ ਕਿੰਨੇ ਇਸ ਪੰਜਾਬ ਨੂੰ ਬਦਲਦੇ ਜਾਂ ਇਸ ਫਾਰਮ ਨੂੰ ਬਦਲਦੇ ਜਿਹੜੇ ਸਮੇਂ ਦੇ ਇਹ ਗਵਾਹ ਹੋਣਗੇ। ਬਹੁਤ ਬਹੁਤ ਬਜ਼ੁਰਗ ਆ, ਇਹਨਾਂ ਦੇ ਟਾਹਣਿਆਂ ਦੇ ਉੱਪਰ ਖੇਡੇ ਆ ਬਾਈ ਹੁਣਾਂ ਨੇ, ਹੈਪੀ ਦੀਪ ਸਿੰਘ ਹੁਣਾਂ ਨੇ ਦੱਸਿਆ ਕਿ ਇਹ ਬੋੜ ਆ ਜਿਹੜੇ ਬਹੁਤ ਪੁਰਾਣੇ ਆ। ਇਹਨਾਂ ਬੋੜਾਂ ਬਾਰੇ ਵੀ ਗੱਲਬਾਤ ਕਰਾਂਗੇ। ਅਤੇ ਜਿਹੜਾ ਬਾਈ ਹੈਪੀ ਦੀਪ ਸਿੰਘ ਆ ਨਾ, ਉਹ ਇੱਕ ਬਹੁਤ ਵੱਡੀ ਸਟੋਰੀ ਆ ਆਪਣੇ ਆਪ ਦੇ ਵਿੱਚ, ਬੰਦਾ ਬਹੁਤ ਵੱਡੀ ਸਟੋਰੀ ਆ। ਜਾਨਵਰ ਜੂਨਵਰ ਰੱਖਣ ਦਾ ਸ਼ੌਂਕ ਆ, ਆਹ ਦੇਖੋ ਟਰਕੀ ਟੁਰਕੀ ਭੱਜੇ ਫਿਰਦੇ ਆ, ਇੱਧਰਲੇ ਪਾਸੇ ਨੂੰ ਦੇਖੋ ਕਿ ਬਹੁਤ ਸੋਹਣਾ ਫਾਰਮ ਪਾਇਆ ਹੋਇਆ, ਵੀ ਬਾਹਰਲੇ ਪਾਸੇ ਘੋੜੀਆਂ ਜੇ ਕਿਸੇ ਨੇ ਧੁੱਪੇ ਖੜ੍ਹਨਾ ਧੁੱਪੇ ਖੜ੍ਹ ਸਕਦੀ ਆ,
ਜੇ ਕਿਸੇ ਨੇ ਛਾਵੇਂ ਖੜ੍ਹਨਾ ਤਾਂ ਛਾਵੇਂ ਖੜ੍ਹ ਸਕਦੀ ਆ। ਉਹ ਦੇਖੋ ਬੱਚੇ ਨਿੱਕੇ ਨਿੱਕੇ ਫਿਰਦੇ ਆ, ਕੋਈ 20 ਦਿਨਾਂ ਦਾ ਬੱਚਾ ਫਿਰਦਾ, ਕੋਈ ਮਹੀਨੇ ਦਾ ਬੱਚਾ ਫਿਰਦਾ, ਇੱਧਰਲੇ ਪਾਸੇ ਇੱਕ ਪਟੇ ਵਾਲਾ ਬੱਚਾ ਖੜ੍ਹਾ, ਇੱਧਰਲੇ ਪਾਸੇ ਇੱਕ ਅਵਲਕ ਘੋੜੀ ਫਿਰਦੀ ਆ, ਉੱਧਰਲੇ ਪਾਸੇ ਇੱਕ ਹੋਰ ਬਲਾ ਸੁਨੱਖੇ ਕੰਨਾਂ ਦਾ ਜਾਨਵਰ ਖੜ੍ਹਾ। ਤਾਂ ਕੱਲ੍ਹ ਪਰਸੋਂ ਦੀਆਂ ਸਾਡੇ ਆਉਣ ਦੀਆਂ ਤਿਆਰੀਆਂ ਜਿਹੜੀਆਂ ਇਹ ਫਾਰਮ ਵਾਲੇ ਕਰੀ ਜਾਂਦੇ ਸੀ। ਕੁਛ ਫਾਰਮ ਹੈ ਜਿਹੜਾ ਕੁਛ ਫਾਰਮ ਦਾ ਹਿੱਸਾ ਬੋੜਾਂ ਤੋਂ ਉੱਧਰਲੇ ਪਾਸੇ ਨੂੰ ਵੀ ਹੈਗਾ, ਉੱਧਰਲੇ ਪਾਸੇ ਨੂੰ ਵੀ ਆ। ਬਹੁਤ ਸੋਹਣਾ ਫਾਰਮ ਹੈ, ਬੜੀ ਵਧੀਆ ਜਗ੍ਹਾ। ਖਾਸ ਤੌਰ 'ਤੇ ਜਿਹੜੇ ਸਭ ਤੋਂ ਇਸ ਫਾਰਮ ਦੀ ਸੁੰਦਰਤਾ ਨੂੰ, ਜਿੱਥੇ ਘੋੜੇ ਚਾਰ ਚੰਨ ਲਾਉਂਦੇ ਆ ਨਾ, ਉੱਥੇ ਹੀ ਇਸ ਫਾਰਮ ਦੀ ਸੁੰਦਰਤਾ ਨੂੰ ਮੇਰੇ ਹਿਸਾਬ ਨਾਲ ਜੇ ਇਸ ਫਾਰਮ ਦੇ ਸਿਰ ਦਾ ਤਾਜ ਮੰਨੀਏ ਤਾਂ ਉਹ ਬੋੜਾਂ ਨੂੰ ਮੰਨ ਸਕਦੇ ਹਾਂ। ਆਪਾਂ ਇਉਂ ਕਰਦੇ ਹਾਂ, ਮੰਨ ਲਓ ਆਪਾਂ ਕੁਰਸੀਆਂ ਚੱਕੀਏ, ਆਪਾਂ ਉੱਥੇ ਚੱਲੀਏ, ਉੱਥੇ ਬੈਠਦੇ ਹਾਂ। ਮਨਜਿੰਦਰ ਤੂੰ ਸਟੈਂਡ ਕੱਢ ਪੁੱਤ, ਅਤੇ ਪ੍ਰੀਤ ਆਪਾਂ ਉੱਥੇ ਕੈਮਰਾ ਲੈ ਗਏ, ਉੱਥੇ ਲਾ ਲਈਏ ਕੁਰਸੀਆਂ। ਸਰਦਾਰਾ ਤੂੰ ਵੀ ਉੱਥੇ ਆ ਜਾ, ਸਰਦਾਰ ਹੈਪੀਦੀਪ ਸਿੰਘ ਹੈ, ਇਹਦੇ ਬਾਰੇ ਵੀ ਤੁਹਾਨੂੰ ਗੱਲ ਦੱਸੂੰਗਾ ਮੈਂ ਕਿ ਇਹ ਕੀ ਚੀਜ਼ ਆ। ਆ ਜਾਓ ਆਪਾਂ ਕੁਰਸੀਆਂ ਲਾ ਲਈਏ, ਉੱਥੇ ਕੁਰਸੀਆਂ ਲਾ ਕੇ ਆਪਾਂ ਬਹਿ ਕੇ ਗੱਲਬਾਤ ਕਰਦੇ ਹਾਂ। ਆ ਜਾਓ ਆਪਦੀ ਇੱਕ ਕੁਰਸੀ ਚੱਕੀ ਆਓ, ਮੰਨ ਲਓ ਹੈਂ ਆਪਾਂ ਲਾਉਂਦੇ ਹਾਂ। ਆ ਯਾਰ ਬੱਤਕਾਂ ਬੁੱਤਕਾਂ ਬੁਲਾ ਤੇਰੇ ਹੈਂ ਫਾਰਮ 'ਤੇ ਫਿਰਦੀਆਂ। ਤੇਰਾ ਨਾਂ ਕੀ ਹੈ ਵੀਰੇ? ਮੇਰਾ ਵੀਰ ਜੀ ਨਰੈਣਦੀਪ ਸਿੰਘ ਹੈ। ਹਾਂਜੀ ਨਰੈਣਦੀਪ, ਨਰੈਣਦੀਪ ਸਿੰਘ। ਹਾਂਜੀ ਆ ਜਾ ਨਰੈਣਦੀਪ। ਜਾਨਵਰ ਬਹੁਤ, ਮੈਨੂੰ ਐਂ ਲੱਗਦਾ ਵੀ ਇਹ ਫਾਇਦੇ ਵਾਲਾ, ਐਂ ਗੋਲ ਜਿਹਾ ਬਣਾ ਲਓ ਬਾਈ, ਐਂ ਗੋਲ ਜਿਹਾ ਬਣਾ ਲਓ ਤੇਰਾ, ਐਂ ਗੋਲ ਜਿਹਾ ਬਣਾ ਲਓ ਐਂ ਕਰਕੇ। ਸਰਦਾਰ ਨੂੰ ਐਂ, ਸਰਦਾਰ ਇੱਥੇ ਆਇਆ, ਆ ਜਾ ਆ ਜਾ ਆ ਜਾ ਆ ਜਾ, ਇੱਥੇ ਆ ਜਾਓ ਮੇਰੇ ਕੋਲ, ਆ ਜਾਓ ਮੇਰੇ ਕੋਲ, ਆ ਜਾਓ ਮੇਰੇ ਕੋਲ, ਆ ਜਾਓ। ਆ ਵਿੱਚ ਹੀ ਇੱਕ ਘੋੜਾ ਲੰਘਿਆ ਜਾਂਦਾ, ਚਲੋ ਇਹਨੂੰ ਘੋੜੀ ਆ, ਘੋੜੀ ਬਾਈ। ਮੇਰੇ ਹਿਸਾਬ ਨਾਲ ਪੂਰੀਆਂ ਕੁਰਸੀਆਂ ਵਾਧੂ ਆ, ਤਾਂ ਕੋਈ ਚੱਕ ਦਿਓ। ਆ ਜਾ ਬਬਰਿਆ, ਆ ਜਾ, ਪ੍ਰੈਸ ਪ੍ਰੁੱਸ ਕਰੀ ਜਾਂਦੇ ਆ ਲੀੜੇ ਬਹੁਤ ਚਿਰ ਦੇ, ਮੈਨੂੰ ਪਤਾ ਕੱਲ ਪਰਸੋਂ ਦੀਆਂ ਤਿਆਰੀਆਂ ਖਿੱਚੀ ਜਾਂਦੇ ਆ, ਹੈ ਨਾ ਬਾਈ? ਹਾਂਜੀ ਬਾਈ। ਆ ਜਾਓ ਬਹਿ ਜਾਓ, ਲਾ ਸਟੈਂਡ ਸਟੂੰਡ ਪੁੱਤ ਓਏ। ਲੈ ਵੀ ਸਾਡਾ ਸੈਟਅਪ ਲੱਗ ਗਿਆ, ਬਹਿ ਗਏ ਹਾਂ। ਸਰਦਾਰ ਆਪਣੇ ਨਾਲ ਬੈਠਾ, ਇਹਨਾਂ ਦੀ ਜ਼ਿੰਦਗੀ ਦੀ ਸਟੋਰੀ ਤਾਂ ਬਹੁਤ ਵੱਡੀ ਆ, ਉਹ ਵੀ ਤੁਹਾਨੂੰ ਸੁਣਾਵਾਂਗੇ। ਉਹ ਇਸ ਵੀਡੀਓ ਤੋਂ, ਘੋੜਿਆਂ ਦੀ ਵੀਡੀਓ ਤੋਂ ਅਲੱਗ ਹੋਊਗੀ। ਆਪਣੇ ਨਰੈਣਦੀਪ ਆ, ਇਹ ਮੁੰਡਾ ਉੱਠਦਾ, ਇਹਨੇ ਅਸਲ ਦੇ ਵਿੱਚ ਜਿਹੜਾ ਬਾਪੂ ਦਾ ਸ਼ੌਂਕ ਹੈ ਉਹਨੂੰ ਸੰਭਾਲਿਆ ਕਿ ਫਾਰਮ ਕਿਵੇਂ ਬਣਾਉਂਦੇ ਆ, ਕਿਵੇਂ ਘੋੜੀਆਂ ਰੱਖਦੇ ਆ, ਘੋੜੀਆਂ ਰੱਖਣ ਪਿੱਛੇ ਕੀ ਕਾਰਨ ਹੈ, ਕੀ ਸ਼ੌਂਕ ਹੈ, ਆਪਾਂ ਸਾਰੀ ਗੱਲਬਾਤ ਕਰਦੇ ਹਾਂ। ਸਵਾਗਤ ਕਰਦੇ ਹਾਂ ਸਾਰੀ ਟੀਮ ਦਾ ਬਾਈ, ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਨਰੈਣਦੀਪ ਤਿਆਰੀ ਵਾਹਵਾ ਚੱਲਦੀ ਸੀ ਨਾ, ਕੱਲ੍ਹ ਪਰਸੋਂ ਦਾ ਕਰੜਾ ਕਰੀ ਜਾਂਦਾ ਬਾਈ, ਦੇਖੀ ਲੇਟ ਨਾ ਹੋਈ ਸਾਡੀ ਤਿਆਰੀ ਵਾਹੀ ਕਰੀ ਆ ਨਾ ਬਾਈ। ਫਿਰ ਤੁਹਾਨੂੰ ਪਤਾ ਹੀ ਆ ਵੀ ਕਰਨਾ ਪੈਂਦਾ ਸਾਰਾ ਕੁਝ, ਹੈ ਵਿਆਹ ਵਾਲਾ ਕੰਮ ਹੀ ਹੋ ਜਾਂਦਾ, ਹਾਂ ਹੈ ਨਾ, ਫਿਕਰ ਹੋ ਜਾਂਦਾ ਸਾਰਾ, ਮੈਨੂੰ ਫੋਨ ਕਰਕੇ ਕਹੀ ਜਾਂਦਾ ਰੱਖਣੀ ਪੈਂਦੀ ਜਾਨਵਰਾਂ ਦੀ ਵੀ ਸਾਰਾ ਕੁਝ ਹੀ। ਕੱਲ ਮੈਨੂੰ ਫੋਨ ਕਰਕੇ ਕਹੀ ਜਾਂਦਾ, ਕਹਿੰਦਾ ਬਾਈ ਮੈਂ ਅਸੀਂ ਤਾਂ ਕੱਲ ਕੁੱਲ ਦੇ ਨਮਾਈ ਜਾਂਦੇ ਆ, ਹੈ ਨਾ ਵੀ ਤੇ ਨਵਾਉਣ ਦੀ ਗੱਲ ਕਰਨ ਪੈ ਜੇ, ਕੱਲ ਮੈਂ ਜਿੰਨਾ ਜਿੰਨੀ ਹਵੇਲੀ ਆ ਸਾਰੀ ਦੇ ਵਿੱਚ ਪਾਣੀ ਸੁੱਕਿਆ। ਅੱਛਾ ਤੁਸੀਂ ਪਾਣੀ ਛਿੜਕਿਆ? ਪਾਣੀ ਛਿੜਕਿਆ ਮੈਂ ਮੋਟਰ ਚਲਾ ਕੇ, ਨਾਲੀ ਮੇਰੇ ਕੋਲ ਸੀ, ਹਾਂ ਇਤਰੇ ਵੀਲ ਦੇ ਤੇ ਮੈਂ ਨਾਲੀ ਅਜੇ ਵੀ ਆ ਮਿੱਟੀ ਲੱਗੀ। ਅੱਛਾ ਸਾਰੇ ਪਾਣੀ ਛਿੜਕ ਕੇ ਮੈਂ ਕਿਹਾ ਵੀ ਕੱਟਾ ਨਾ ਬਦਲ ਕੇ, ਹਾਂ ਵੀ ਗਰਦ ਗੁਰਦ ਨਾ ਉੱਡੇ, ਹਾਂ ਨਾ ਉੱਡੇ ਸਾਰਾ। ਇਹ ਮੈਨੂੰ ਆਂਦਾ ਜ਼ਿਆਦਾ ਬਾਤ ਤਾਂ ਮੈਂ, ਕੋਈ ਗੱਲ ਨਹੀਂ ਜ਼ਿਆਦਾ ਬਾਤ ਤਾਂ ਸੁੱਕ ਜੂ, ਹਾਂ ਕੱਲ ਨੂੰ ਹਜੇ ਦੇਣਾ ਵੀ, ਹਾਂ ਹਾਂ ਨਹੀਂ ਬਿਲਕੁਲ 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 ਬਈ, ਬਹੁਤ ਤੁਹਾਡਾ ਧੰਨਵਾਦ ਸੱਜਣੋ, ਤੁਸੀਂ ਐਡੀ ਚੰਗੀ ਨਰੈਣਦੀਪ ਤਿਆਰੀ ਕੀਤੀ। ਜਾਨਵਰ ਕਿੰਨੇ ਆ ਟੋਟਲ, ਕਿੰਨੇ ਆ ਨਰੈਣਦੀਪ ਤੇਰੇ ਕੋਲ? ਬਈ 12 ਜਾਨਵਰ ਨੇ ਆਪਣੇ ਕੋਲ, ਘੋੜੇ ਘੋੜੀਆਂ ਬੱਚੇ ਸਮੇਤ। ਹਾਂਜੀ 12। ਹਾਂਜੀ 12। ਵਪਾਰ ਕਰਦੇ ਆ? ਨਾ ਬਈ ਪੈਦਾ ਹੀ ਕਰਦੇ। ਪੈਦਾ ਹੀ, ਬਰੀਡ ਹੀ ਕਰ ਰਹੇ ਹਾਂ। ਬਰੀਡ ਕਰ ਰਹੇ ਹਾਂ, ਹਾਂ। ਆਮ ਮਤਲਬ ਜਿਵੇਂ ਇੱਕ ਥੱਲੜੇ ਲੈਵਲ 'ਤੇ ਜਿਹੜੇ ਜ਼ਿਮੀਂਦਾਰ ਕੰਮ ਕਰਦੇ, ਆਪਾਂ ਕਹਿੰਦੇ ਗਰਾਊਂਡ ਲੈਵਲ ਵਾਲੇ ਜ਼ਿਮੀਂਦਾਰ ਆ ਜੀ ਬਾਈ, ਵੀ ਜਿਹੜੇ ਬਈ ਐਂ ਨਹੀਂ ਗਾ ਵੀ ਆਪ ਹੀ ਪੈਦਾ ਕਰਦੇ ਆ, ਜੋ ਕਿਤੇ ਆਪਦੇ ਰਿਸਕ 'ਤੇ ਕਰ ਰਹੇ ਹਾਂ, ਆਪਦੇ ਰਿਸਕ ਆਪਣੇ ਰਿਸਕ 'ਤੇ ਕੰਮ ਕਰ ਰਹੇ ਹਾਂ, ਹਾਂ। ਅਤੇ ਘੋੜੀਆਂ ਵੀ ਖਰੀਦਦੇ ਨਹੀਂ ਗੇ ਤਕਰੀਬਨ, ਹੁਣ ਆਪਦੇ ਕੋਲ ਹੀ ਹੋ ਗਈਆਂ? ਬਈ ਜ਼ਿਆਦਾਤਰ ਤਾਂ ਆਪਾਂ ਘੋੜੀਆਂ ਖਰੀਦੀਆਂ ਨੇ ਜੀ, ਅਤੇ ਬਰੀਡ ਵਿੱਚੋਂ ਆਪਾਂ 3 ਤੋਂ 4 ਜਾਨਵਰ ਆਪਾਂ ਹੁਣ ਬਰੀਡ ਕੀਤੇ ਆ ਜੀ। ਆਪਾਂ ਨੂੰ ਕੰਮ ਹੋ ਗਿਆ ਕੋਈ 7-8 ਸਾਲ ਹੋ ਗਏ ਆ ਕੰਮ ਕਰਦਿਆਂ ਨੂੰ ਜੀ ਘੋੜਿਆਂ ਦਾ। ਸਭ ਤੋਂ ਪਹਿਲਾਂ ਆਪਾਂ ਨੂੰ ਬਾਪੂ ਜੀ ਨੇ ਘੋੜੀ ਲੈ ਕੇ ਦਿੱਤੀ ਸੀ, ਉਦੋਂ ਮੈਂ 4th ਕਲਾਸ 'ਚ ਸੀ, ਅਤੇ ਉਹ ਬਾਈ ਘੋੜੀ ਪੂਰੀ ਹੋ ਗਈ ਸੀ, ਅਟੈਕ ਹੋ ਗਿਆ ਸੀ ਉਹਨੂੰ। ਉਹ ਤੋਂ ਬਾਅਦ ਕੁਛ ਘਰ ਦੇ ਹਾਲਾਤ ਬਹੁਤ ਡਾਊਨ ਹੋ ਗਏ, ਬਾਪੂ ਜੀ ਕਾਫੀ ਬਿਮਾਰ ਹੋ ਗਏ, ਫਿਰ ਸੈਟਿੰਗ ਨਹੀਂ ਆਈ। ਫਿਰ 2014 ਦੇ ਵਿੱਚ ਬਾਪੂ ਜੀ ਦਾ ਸੱਜਣ ਸੀ ਕੋਈ ਇੱਥੇ ਲਾਗੇ ਪਿੰਡ ਤੋਂ, ਉਹ ਬਜ਼ੁਰਗ ਸੀ, ਬਜ਼ੁਰਗ ਮੰਜੀ 'ਤੇ ਪੈ ਗਿਆ, ਉਹਦੇ ਕੋਲ ਵਛੇਰਾ ਸੀ ਇੱਕ ਕਾਲੇ ਰੰਗ ਦਾ, ਉਹਨੇ ਇੱਥੇ ਘਲਾਤਾ ਵੀ ਇੱਥੇ ਪੱਠੇ ਪੁੱਠੇ ਖਾਊਗਾ ਜਾਂ ਇੱਥੇ
हाँ देखभाल होगी इतने भी इतने आ जाऊगा भी जानवरों की केयर कर दे उन्हें बई भेजता अं उन्होंने आख्या भी सानू नॉलेज ही नहीं भी कोई थान टिकाणा नहीं बनया कुछ नहीं बनया तो अं आख्या भी अं रखना नहीं वो आंदा भी मेरे को हाल ही कोई नहीं उन्हें बई बशीरा सानू देता अं चलो जो संजोग ही अंता तो थोड़ा चिर बनया बाद चो विचार बन गया भी आप बशेरा बेच गए तो कोई घोड़ी लीए भी जो जानवर ने पैर लाने होने अपने बई तो आप बई मंडी चल गए मंडी उत्थे तीन दिन रहे बशेरा बेच के ओदे वट्टे सट्टे च एक घोड़ी लैन वो घोड़ी लिया बई उस तो बाद अगले साल फिर एक नुकरी घोड़ी ली ओनू अटैक हो गया ही वह पूरी हो गई हाँ थोड़े दिन पहला पूरी हुई वो बहुत चंगी घोड़ी ही वह भी तो उस तो बाद बई आ ली फिर एक खाली घोड़ी ली मैं फिर मैं बई ब्रीडिंग का शौक पिया भी जानवर आप पैदा करके बनावा भी आप ब्रीड करा एक चंगी ब्रीड अज आप दे घर दे विच जे मैं जोड़ लूंगा एक चंगी लैन जे मैं अपने घर दे विच लै आऊंगा कल नूं मैनूं भटकना नहीं फिरूगा अपने को चंगी भी होगी ते उदा तो हूँ इन्ना चांदी का चमचा तो लैके जमे नहीं गए इतों इन्ने खरीद लांगे पैदा कर सकते हैं हाँ बई पैदा कर सकते हैं फिर बई सब तो पहली आप घोड़ी ब्रीड कराई सनी मोगे वाले तो रणिया फार्म तो दलबाग की बछेरी ली एक सनी रणिया वाले तो हाँ अपनी लाल बछेरी बछेरी ली उस बाद बई फिर आप एक बछेरा लिया नुकरा तो ओनू थोड़ा जर सामभ्या हाइट वगैरह नहीं निकली वो सेल करता फिर नीलिया घोड़िया लिया फिर बई वादा वादा जानवर ने आपे पैर ला ले ਹੁਣ 11 12 ਹੋ ਗਏ ਹੁਣ ਬਾਈ 11 12 ਹੋ ਗਏ ਇੱਕ ਘੋੜੀ ਪਰਸੋਂ ਹੀ ਸੂਈ ਹੈ ਹੁਣ ਬਚੇਰੀ ਦਿੱਤੀ ਹਾਂ ਬਚੇਰੀ ਕਾਲੇ ਕਾਂਟੇ ਦੀ ਹਾਂ ਜਿਹੜੀ ਕਾਲੇ ਕਾਂਟੇ ਦੀ ਦਿੱਤੀ ਕਾਲੇ ਕਾਂਟੇ ਦੀ ਬਚੇਰੀ ਦਿੱਤੀ ਆ ਹਾਂ ਇਹ ਇੱਕ ਤੇਰੇ ਕੋਲ ਦਲਬਾਗ ਦੀ ਹੋ ਗਈ ਹੁਣ ਮਤਲਬ ਇੱਕ ਹੋਗੀ ਕਾਲੇ ਕਾਂਟੇ ਦੀ ਬੱਚੀ ਵੀ ਹਾਂ ਜੀ ਜ਼ਿਆਦਾਤਰ ਇੱਕ ਨਾਗ ਦੀ ਪੋਤੀ ਵੀ ਲੈਂਦੀ ਹੋਈ ਆਪਾਂ ਇਹ ਖਰੀਦ ਕੇ ਲੈਂਦੀ ਆ ਖਰੀਦ ਕੇ ਲੈਂਦੀ ਆ ਹਾਂ ਇਹ ਜਿਹੜਾ ਆਪਣਾ ਘੋੜਾ ਹਾਂ ਜੀ ਬਛੇਰਾ ਉਹ ਹਾਂ ਜੀ ਹਾਂ ਜੀ ਓਹੋ ਇਹ ਬਾਈ ਦੇਵ ਦਾ ਬੱਚਾ ਡਾਇਰੈਕਟ ਦੇਵ ਜਿਹੜਾ ਹੈਗਾ ਪ੍ਰਭਾਤ ਦਾ ਹਾਂ ਪ੍ਰਭਾਤ ਦਾ ਜਿਹੜਾ ਦੇਵ ਆ ਮਾਂ ਇਹਦੀ ਉਹਦੇ ਹੀ ਪਾਇਲ ਘੋੜੇ ਦੀ ਬੱਚੀ ਸੀ ਡਾਇਰੈਕਟ ਜਿਹੜੀ ਆਪਣੇ ਘੋੜੇ ਦੀ ਮਾਂ ਸੀ ਉਹ ਪੰਜ ਕਲਿਆਣੀ ਸੀ ਤੇ ਉਹ ਪਾਇਲ ਘੋੜੇ ਦੀ ਪਾਇਲ ਘੋੜਾ ਚੈਂਪੀਅਨ ਰਿਹਾ ਇੱਕ ਦੋ ਵਾਰੀ ਬਿਊਟੀ ਚੈਂਪੀਅਨ ਤੁਹਾਨੂੰ ਪਤਾ ਹੀ ਹੋਊਗਾ ਤੇ ਉਹਦੀ ਡਾਇਰੈਕਟ ਬੱਚੀ ਸੀ ਜਿਹੜੇ ਬਾਈ ਤੋਂ ਆਪਾਂ ਲਿਆ ਸੀ ਘੋੜਾ ਬਾਈ ਪ੍ਰਗਟ ਆ ਤੇ ਉਹਨੂੰ ਵੀ ਵੀਰ ਜੀ ਬਹੁਤ ਬਰੀਡਿੰਗ ਦਾ ਸ਼ੌਂਕ ਸੀ ਜਿੰਨਾ ਟਾਈਮਾਂ ਦੇ ਵਿੱਚ ਲੋਕੀ ਇੱਕ ਚਿੱਟੇ ਰੰਗ ਨੂੰ ਇੱਕ ਨੁਕਰੇ ਜਾਨਵਰ ਨੂੰ ਪਸੰਦ ਕਰਦੇ ਸੀ ਉਦੋਂ ਉਹਨੇ ਬਾਈ ਨੇ ਜਾ ਕੇ ਦੇਵ ਕੋਲ ਜਾ ਕੇ ਘੋੜੀ ਬਰੀਡ ਕਰਾਈ ਆਪਣੀ ਇੱਕ ਚੰਗੀ ਬਰੀਡਿੰਗ ਕੀਤੀ ਆਪਣੇ ਵਾਲੇ ਜਾਨਵਰ ਦੀ ਤੇ ਉਹਨੇ ਬਾਈ ਬੱਚੋ ਆਪਾਂ ਨੂੰ ਇਹ ਤੋਹਫਾ ਦਿੱਤਾ ਅੱਛਾ ਉਹਨਾਂ ਤੋਂ ਤੁਸੀਂ ਲਏ ਬਸ਼ੇਰਾ ਹਾਂ ਉਹਨਾਂ ਤੋਂ ਬਾਈ ਇਹ ਕਿੰਨੇ ਟਾਈਮ ਦਾ ਹੋ ਗਿਆ ਇਹ ਬਾਈ 5.5 ਸਾਲ ਦਾ ਹੋ ਗਿਆ 5.5 ਸਾਲ ਦਾ ਹੋ ਗਿਆ ਇਹ ਤੇ ਹੁਣ ਫਿਰ ਇਹਦੀ ਸਰਵਿਸ ਦੇ ਦਿੰਦੇ ਆ ਵੀ ਜੇ ਕੋਈ ਹੋਰ ਬੰਦਾ ਆਵੇ ਘਾਬ ਦੇ ਲਈ ਵਰਤਦੇ ਆ ਬਾਈ ਮੈਂ ਸਭ ਤੋਂ ਜ਼ਿਆਦਾ ਨਾ ਔਖਾ ਹੁੰਦਾ ਹਾਂ ਵੀ ਬਾਪੂ ਜੀ ਜਿੱਦਾਂ ਆਪਣੇ ਢਿੱਲੇ ਮੱਠੇ ਰਹਿੰਦੇ ਆ ਤੇ ਘੋੜੀ ਕੋਈ ਆਪਣੀ ਵੰਨ 'ਚ ਆ ਗਈ ਆ ਫਿਰ ਬਾਈ ਦੂਰ ਬਾਹਲਾ ਜਾਣਾ ਪੈਂਦਾ ਵੀ ਆਪਣੇ ਇੱਥੇ ਲਾਗੇ ਬੰਨੇ ਸਟੱਡ ਵਗੈਰਾ ਕੋਈ ਉਦੋਂ ਮਾਰਵਾੜੀ ਘੱਟ ਆ ਆਪਣੇ ਮੱਝ ਦੇ ਵਿੱਚ ਨੁਕਰੀਆਂ ਘੋੜੀਆਂ ਜ਼ਿਆਦੀਆਂ ਨੁਕਰੇ ਦਾ ਟ੍ਰੈਂਡ ਜ਼ਿਆਦਾ ਚੰਬੀਆਂ ਤੇ ਨੁਕਰੀਆਂ ਦਾ ਹਾਂ ਮਾਰਵਾੜੀ ਦਾ ਕੰਮ ਇੱਧਰ ਘੱਟ ਆ ਮਾਰਵਾੜੀ ਲਈ ਮਾਲਵਾ ਸਾਈਡ ਜਾਣਾ ਪੈਂਦਾ ਆਪਾਂ ਨੂੰ ਜਾਂ ਦੂਰ ਜਾਣਾ ਪੈਂਦਾ ਹੈ ਫਿਰ ਦਿੱਕਤ ਬਹੁਤ ਹੁੰਦੀ ਸੀ ਫਿਰ ਸਾਡਾ ਮੇਨ ਪਰਪਸ ਇਹੋ ਸੀ ਵੀ ਅਸੀਂ ਆਪਦਾ ਘਰ ਦਾ ਕੰਮ ਕਰੀਏ ਹੁਣ ਅਸੀਂ ਲੋਕਾਂ ਦੀਆਂ ਵੀ ਬਾਈ ਕਰਵਾ ਦਿੰਦੇ ਹਾਂ ਕੋਈ ਗੱਲ ਨਹੀਂ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹਾਂ ਸਰਵਿਸ ਕਰ ਦਿੰਦੇ ਹਾਂ ਤੇ ਕੀ ਹਾਈਟ ਹੂਈਟ ਕਿੰਨੀ ਹੈ ਬਾਈ ਆਪਣੇ ਘੋੜੇ ਦੀ ਬਾਈ ਜੇ ਤੇ ਮਾਰੀਏ ਝੂਠ ਹਾਂ ਫਿਰ ਤੇ ਆਪਾਂ ਕਹਿ ਦਈਏ ਵੀ ਇਹ 68 ਇੰਚ ਆ ਪਰ ਆਪਾਂ ਹੁਣੇ ਹੀ ਆਪਾਂ ਵੀਡੀਓ 'ਚ ਵੀ ਇਹ ਚੀਜ਼ ਪਾਵਾਂਗੇ ਵੀ ਆਪਾਂ ਫੀਤਾ ਮਾਰ ਕੇ ਵਿਖਾਵਾਂਗੇ ਵੀ ਇਹ 65 ਇੰਚ ਦਾ ਹੈਗਾ ਪਰ ਆਪਾਂ 64 ਹੀ ਦੱਸਾਂਗੇ 64 ਇੰਚ लागे जाके खड़िए ते पता लग जांदा बंदे नूं देख वीरे कहण नूं तां मतलब कुछ भी किया जा सकदा है ना हां भाई पर ओनू मतलब पूरा करना प्रूव करना बहुत बहुत असलियत असलियत जानवर अपने आप ही दस दिंदा हां भी कहण नूं चलो जो भी है ना बंदा कह दिंदा हुण जदों मेरे अरगा बंदा की एक प्रॉब्लम है कि जदों मैं आया तां मैं अपनी किरत बेचण आया
ਤਾਂ ਕੁਦਰਤੀ ਗੱਲ ਆ ਵੀ ਜੇ ਹੁਣ ਮੰਨ ਲਓ ਵੀ ਮੈਂ ਤੇਰੇ ਦਿਹਾੜੀ ਆਇਆ ਤੇ ਤੂੰ ਗਵਾਂਢੀਆਂ ਦੀ ਵੱਟ ਵੱਢਣ ਲਾ ਦੇਗਾ ਮੈਨੂੰ ਤੇ ਅਗਲਾ ਆ ਕੇ ਤੇ ਦਿਹਾੜ ਕੇ ਤੇ ਡਾਂਗ ਮਾਰੇ ਵੀ ਤੂੰ ਸਾਡੀਆਂ ਵੱਟਾਂ ਵੱਢੀ ਜਾਂਦਾ ਤੇ ਉਹ ਦਿਹਾੜ ਕੇ ਦਾ ਕਸੂਰ ਕੋਈ ਨੀ ਹੁੰਦਾ ਉਹ ਕਸੂਰ ਹੁੰਦਾ ਨਾਲ ਲਾਉਣ ਵਾਲੇ ਤੇ ਉਹ ਦਿਹਾੜਗਾ ਐਂ ਕਹੂਗਾ ਵੀ ਕੱਲ ਨੂੰ ਭਰਾਵਾ ਤੂੰ ਮੈਨੂੰ ਸੱਦ ਲਾ ਤੇ ਮੈਂ ਇਧਰੋਂ ਛਾਂਗਣ ਲੱਗ ਜਾਂਦਾ ਤੇਰੇ ਵਾਲੇ ਪਾਸਿਓਂ ਹੈਂ ਹਾਂ ਬਈ ਵੀ ਤੂੰ ਡਾਂਗ ਨਾ ਦਿਖਾ ਅਸਲ ਦੇ ਵਿੱਚ ਇਉਂ ਹੁੰਦਾ ਵੀ ਜ਼ਿਮੀਦਾਰ ਨੇ ਕਿਸੇ ਨੂੰ ਦਿਹਾੜੀ ਸੱਦ ਕੇ ਕਿਹੋ ਜਿਹਾ ਕੰਮ ਕਰਾਉਣਾ ਉਹ ਸਿਰ ਤੇ ਹਨਾ ਸਹੀ ਗੱਲ ਹੈ ਬਾਈ ਹਾਂ ਕਿਰਤੀ ਬੰਦੇ ਨੇ ਤਾਂ ਉਹਦਾ ਕੰਮ ਕਰਨਾ ਇਹ ਗੱਲ ਮੱਖਣਾ ਮੈਨੂੰ ਤੇਰੀ ਬਹੁਤ ਚੰਗੀ ਲੱਗੀ ਤੇ ਫਿਰ ਫੀਸ ਫੂਸ ਦਾ ਕੀ ਹਿਸਾਬ ਕਿਤਾਬ ਕਰਿਆ ਕਰਾਂਗੇ ਆਪਾਂ ਭਾਈ ਫੀਸ ਅਜੇ ਤੇ ਆਪਾਂ ਕੋਈ ਜ਼ਿਆਦਾ ਨਹੀਂ ਰੱਖਣੀ ਹਾਂ ਬਿਲਕੁਲ ਨੋਰਮਲ ਫੀਸ ਤੇ ਹੀ ਆਪਾਂ ਘੋੜਾ ਦੇਵਾਂਗੇ ਵੀ ਇੱਕ ਆਮ ਆਦਮੀ ਵੀ ਆਪਣੇ ਤੋਂ ਭਰਾ ਸਕੇ ਠੀਕ ਹੈ 21,000 ਰੁਪਇਆ ਆਪਾਂ ਫੀਸ ਰੱਖੀ ਹੋਈ ਆ ਠੀਕ ਆ ਵੀ ਬਾਕੀ ਕੋਈ ਗੱਲ ਨਹੀਂ ਕੋਈ ਜਗ੍ਹਾ ਜੁਗਾ ਖੁੱਲੀ ਹੈ ਹਾਂ ਜਗ੍ਹਾ ਜੁਗਾ ਤਾਂ ਬਾਈ ਕੋਈ ਪ੍ਰੋਬਲਮ ਨਹੀਂ ਹਾਂ 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 ਵੀ ਜਗ੍ਹਾ ਖੁੱਲੀ ਮਾਲਕ ਦੀ ਕਿਰਪਾ ਨਾਲ ਜੇ ਦੋ ਦਿਨ ਘੋੜੀ ਖੜ ਵੀ ਜਾਊ ਹਾਂ ਹਾਂ ਉਹ ਤੇ ਕੋਈ ਗੱਲ ਨਹੀਂ ਬਾਈ ਉਹ ਤੇ ਚਲੋ ਮਾਲਕ ਦੇਣ ਵਾਲਾ ਤੇ ਮੈਨੂੰ ਕੱਲ੍ਹ ਇੱਕ ਬੰਦੇ ਨੇ ਗੱਲ ਆਖੀ ਬਾਪੂ ਗਿਆਨ ਸਿਉਂ ਦੇ ਮੈਂ ਘੋੜੇ ਫਲਮਾ ਕੇ ਆਇਆ ਅੱਛਾ ਬਾਈ ਉਹਨੇ ਗੱਲ ਐਡੀ ਪਾਬੰਦ ਆਖੀ ਉਹ ਮੈਨੂੰ ਕਹਿੰਦਾ ਨਰਾਇਣਦੀਪ ਬਾਈ ਉਹ ਗੱਲ ਬੜੀ ਮੈਨੂੰ ਚੰਗੀ ਲੱਗੀ ਹਾਂਜੀ ਉਹ ਕਹਿੰਦਾ ਨਾ ਕਹਿੰਦਾ ਯਾਰ ਜੇ ਕਹਿੰਦਾ ਘੋੜੀ ਕਹਿੰਦਾ ਵੀ ਘਰੇ ਕਿਸੇ ਦੀ ਦੋ ਦਿਨ ਖਾ ਜੂਗੀ ਨਾ ਹਾਂ ਤੇ ਉਹਨੂੰ ਤੁਸੀਂ ਖਰਚੇ 'ਚ ਜੇ ਗਿਣੋਗੇ ਮਨੀਮ ਬਣਾਂਗੇ ਆਪਾਂ ਤਾਂ ਮਨੀਮ ਬਣ ਕੇ ਇਹਨਾਂ ਵਿੱਚੋਂ ਕੁਛ ਨਹੀਂ ਬਾਈ ਬਚਦਾ ਇਹਨਾਂ ਦੇ ਬਾਈ ਦਾਸ ਬਣ ਕੇ ਹਨਾ ਵੀ ਇਹ ਤਾਂ ਇੱਕ ਸੇਵਾ ਹਨਾ ਇਹ ਸੇਵਾ ਹਾਂ ਇੱਕ ਗੱਲ ਆ ਵੀਰੇ ਮੈਨੂੰ ਜਾਣਦਾ ਇਸ ਵਿਚਾਰਧਾਰਾ ਦਾ ਮੈਂ ਧਾਰਨੀ ਹਾਂ ਬਈ ਸਾਡੇ ਘਰੇ ਆ ਇਹ ਉਦੋਂ ਵੀ ਗੁਰੂ ਸਾਹਿਬ ਦੀ ਸਵਾਰਗ ਹੋਈ ਮੰਨੋ ਸਹੀ ਗੱਲ ਜਦੋਂ ਕਿਸੇ ਦੇ ਘਰੇ ਆ ਉਦੋਂ ਵੀ ਗੁਰੂ ਸਾਹਿਬ ਦੀ ਸਵਾਰਗ ਜੀ ਹਨਾ ਆਪਣੇ ਘਰ 'ਚ ਬਾਈ ਜਦੋਂ ਆਪਦੇ ਘਰੇ ਆ ਜਾਂਦਾ ਉਦੋਂ ਕਈ ਵਾਰੀ ਸਾਡੀ ਨਿਗਾਹ 'ਚ ਗੁਰੂ ਸਾਹਿਬ ਦੀ ਸਵਾਰੀ ਹੁੰਦਾ ਜਦੋਂ ਮਾੜੇ ਦੇ ਘਰੇ ਖੜਾ ਹੁੰਦਾ ਉਦੋਂ ਉਹ ਪਹਾੜਾ ਢੋਣ ਵਾਲਾ ਹਨਾ ਸਹੀ ਗੱਲ ਹੈ ਬਾਈ ਉਹ ਕਿਤੇ ਨਾ ਕਿਤੇ ਜੇ ਬੰਦਾ ਕਿਤੇ ਸਭ ਘੋੜਿਆਂ ਦੀ ਕਦਰ ਬਰਾਬਰ ਕਰਨ ਵਾਲਾ ਹੋਵੇ ਹਾਂ ਵੀ ਪਹਾੜੇ ਵਾਲੇ ਦਾ ਵੀ ਗੁਰੂ ਸਾਹਿਬ ਦੀ ਸਵਾਰੀ ਹੈ ਮੇਰੇ ਵਾਲਾ ਵੀ ਗੁਰੂ ਸਾਹਿਬ ਦੀ ਹਾਂ ਹਨਾ ਤਾਂ ਫਿਰ ਮੇਰੇ ਹਿਸਾਬ ਨਾਲ ਜ਼ਿਆਦਾ ਚੰਗੀ ਗੱਲ ਸਹੀ ਗੱਲ ਹੈ ਬਾਈ ਹਨਾ 100% ਹਾਂ ਤੇ ਇਹਨਾਂ ਜਾਨਵਰਾਂ 'ਚੋਂ ਤੂੰ ਮੈਨੂੰ ਦੱਸ ਸੋਹਣਿਆ ਵੀ ਕੋਈ ਹੈ ਹੁਣ ਤਾਂ ਤੇਰੇ ਕੋਲ ਕਾਫੀ ਹੋ ਗਏ ਵੀ ਕੋਈ ਬੱਚਾ ਬੁੱਚਾ ਦੇਣਾ ਹੋਵੇ ਭਵਿੱਖ 'ਚ ਕੋਈ ਵਿਚਾਰ ਬਣਨਾ ਹੋਵੇ ਨਹੀਂ ਬਾਈ ਅਜੇ ਤੇ ਕੋਈ ਨਹੀਂ ਕੋਈ ਕਾਲੇ ਕਾਂਟੇ ਵਾਲੀ ਕੋਈ ਤਲਵਾਗ ਨਾ ਨਾ ਬਾਈ ਇਹ ਤੇ ਬਾਈ ਲਾਈਨਾਂ ਜੋੜ ਰਹੇ ਵੀ ਇਹ ਤੋਹਫੇ ਇਕੱਠੇ ਕਰ ਰਹੇ ਆ ਇੱਕ ਉਹ ਬਸ਼ੇਰਾ ਬੜਾ ਚੰਗਾ ਖਲੋਤਾ ਉਧਰ ਹਾਂਜੀ ਉਹ ਬਾਦਲਾਂ ਵਾਲਾ ਜਿਹੜਾ ਰਾਜਨਸ ਘੋੜਾ ਹੈ ਉਹਦਾ ਪੋਤਰਾ ਹੈ ਅੱਛਾ ਉਹਦਾ ਪੋਤਰਾ ਉਦੇਪੁਰ ਪੈਲਸ ਲੈਣ ਦਾ ਆ ਗਿਆ ਹਾਂ ਉਹ ਪੈਲਸ ਲੈਣ ਦਾ ਆ ਗਿਆ ਇਹਦਾ ਜਿਹੜਾ ਬਾਪ ਸੀ ਉਹਦਾ ਵੀ ਮੈਂ ਤੁਹਾਨੂੰ ਫੋਟੋ ਵੀਡੀਓ ਦਿੰਦਾ ਬਾਚੋਂ ਉਹ ਵੀ DNA ਟੈਸਟਡ ਸੀ ਤੇ ਉਸ ਤੋਂ ਬਾਅਦ ਇਹ ਡਾਇਰੈਕਟ ਬੱਚਾ ਉਹਦਾ ਇਹ ਡਾਇਰੈਕਟ ਪੋਤਰਾ ਉਹਨਾਂ ਦਾ ਤੇ ਉਹ ਵੀ ਬਾਈ ਅਜੇ ਤੇ ਮਾਣਿਆ ਵੀ ਰੱਖਾਂਗੇ ਬਾਕੀ ਮਾਲਕ ਉਦੇਪੁਰ ਪੈਲਸ ਲਾਈਨ ਵੀ ਤੇਰੇ ਕੋਲੇ ਆ ਗਈ ਤੇ ਤੇਰੇ ਕੋਲੇ ਆ ਗਈ ਦੇਵਲੀ ਲਾਈਨ ਵੀ ਆ ਗਈ ਤੇਰੇ ਕੋਲੇ ਤੇ ਤੇਰੇ ਕੋਲੇ ਅਲੀਸ਼ਾਨ ਲਾਈਨ ਵੀ ਹੋ ਗਈ ਤੇ ਤੇਰੇ ਕੋਲੇ ਮੱਝੂ ਕੇ ਲਾਈਨ ਵੀ ਹੋ ਗਈ ਹਾਂਜੀ ਬਈ ਹਨਾ ਦੇਵ ਦਰਬਾਰ ਦੀ ਵੀ ਹੈਗੇ ਬੱਚੀ ਅੱਛਾ ਦੇਵ ਦਰਬਾਰ ਲਾਈਨ ਵੀ ਹੈਗੀ ਆ ਜਿਹੜੀ ਸੁੰਦਰ ਵਾਲੀ ਲਾਈਨ ਅਤਿ ਸੁੰਦਰ ਵਾਲੀ ਹਨਾ ਹਾਂ ਦੇਵ ਦਰਬਾਰ ਲਾਈਨ ਦੀ ਅੱਛਾ ਇਹ ਨਹੀਂ ਕਹਿ ਸਕਦੇ ਅਤਿ ਸੁੰਦਰ ਦੀ ਨਹੀਂ ਉਹ ਲਾਈਨ ਦੀ ਉਸ ਲਾਈਨ ਮਤਲਬ ਉਹ ਲਾਈਨ ਹੀ ਮੈਂ ਕਿਹਾ ਅਤਿ ਸੁੰਦਰ ਵਾਲੀ ਲਾਈਨ ਨਾ ਵੀ ਉਹ ਅਤਿ ਸੁੰਦਰ ਦਾ ਥੋੜਾ ਜਿਹਾ ਨਾਂ ਜ਼ਿਆਦਾ ਹੋ ਗਿਆ ਨਾ ਸੁੰਦਰ ਅਤਿ ਸੁੰਦਰ ਦਾ ਨਾਂ ਜ਼ਿਆਦਾ ਹੋ ਗਿਆ ਕਿਉਂਕਿ ਵੀ ਮੈਂ ਥੋੜਾ ਜਿਹਾ ਮਤਲਬ ਦੇਖਣ ਵਾਲਿਆਂ ਨੂੰ ਸੌਖੀ ਜੀ ਸਮਝ ਆ ਜਾਂਦੀ ਆ ਹਾਂ ਬਈ ਜਿਹੜੀ ਹੈਗੀ ਆ ਦੇਵ ਦਰਬਾਰ ਲਾਈਨ ਆ ਉਹ ਸੁੰਦਰ ਘੋੜਾ ਜੀ ਚੋਂ ਪੈਦਾ ਹੋਇਆ ਉਹ ਲਾਈਨ ਆ ਹਾਂਜੀ ਜਿਹੜੀ ਦੇਵਲੀ ਲਾਈਨ ਆ ਉਹ ਚੋਂ ਪ੍ਰਭਾਤ ਘੋੜਾ ਪੈਦਾ ਹੋਇਆ ਹਾਂ ਦੇਵਲੀ ਘੋੜੀ ਤੋਂ ਜਿਹੜੇ ਬੱਚੇ ਪੈਦਾ ਹੋਏ ਸੀ ਛੋਟਾ ਬੱਚਾ ਹੈ ਉਦੇਪੁਰ ਪੈਲਸ ਲਾਈਨ ਆ ਵੀ ਜਿਹਦੇ ਚੋਂ ਬਾਦਲਾਂ ਵਾਲਾ ਰਾਜ ਹੰਸ ਰਾਜ ਤਿਲਕ ਘੋੜਾ ਹਾਂਜੀ ਪੈਦਾ ਹੋਇਆ ਹਾਂਜੀ ਉਦੇਪੁਰ ਪੈਲਸ ਲਾਈਨ ਚੋਂ ਆ ਹਾਂਜੀ ਉਹ ਸ਼ਾਇਦ ਜਿੰਨਾ ਕੁ ਮੇਰਾ ਅੰਦਾਜ਼ਾ ਸੋਹਣਿਆ ਸੱਜਣਾ ਉਦੇਪੁਰ ਪੈਲਸ ਲਾਈਨ ਆ ਜਿਹੜੀ ਉਹ ਜ਼ਿਆਦਾ ਮਹਾਰਾਜਿਆਂ ਨੇ ਉੱਧਰ ਰਾਜਿਆਂ ਨੇ ਰੱਖੀ ਆ ਵਰਤੀ ਆ ਸਹੀ ਰਾਜਿਆਂ ਨੇ ਵਰਤੀ ਹਾਂ ਇੱਕ ਚੰਗੇ ਕੱਦ ਕਾਠੀ ਵਾਲੇ ਜਾਨਵਰ ਉਹ ਲੈਣ ਦੇ ਵਿੱਚ ਆਉਂਦੇ ਆ ਹਾਂ ਦਲੇਰ ਜਾਨਵਰ ਆਉਂਦੇ ਆ ਦੇਖੋ ਨਾ ਹਾਂ ਉਹਦੀ ਚਾਲ ਜਿਹੜੀ ਹੈ ਨਾ ਉਹ ਇਤਰਾ ਤੁਰਦਾ ਇਤਰਾ ਛਾਲਾ ਵਾਰ ਮਾਰ ਉਹਦੀ ਚਾਲ ਢਾਲ ਹੀ ਵੱਖਰੀ ਆ ਖੂਨ ਬੋਲਦਾ ਜਿਦਾਂ ਪੋਚ ਪੋਚ ਜੇ ਨਹੀਂ ਪੱਬ ਜੇ ਰੱਖਦਾ ਬੰਦਾ ਹਾਂ ਕੀ ਆ ਐਂ ਤੁਰਦਾ ਓਹੋ ਜਿਵੇਂ ਬੜਾ ਸ਼ੌਂਕ ਹੁੰਦਾ ਨਾ ਜਿਸ ਤਰ੍ਹਾਂ ਜਨਮ ਜਿਸ ਤਰ੍ਹਾਂ ਬੰਦਾ ਐਂ ਬਣ ਠਣ ਕੇ ਐਂ ਪੱਬ ਉੱਤੇ ਚੁੱਕ ਕੇ ਤੁਰਦਾ ਆ
ਉਸ ਤਰੀਕੇ ਨਾਲ ਉਹ ਚੱਲ ਮੈਂ 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 ਤਜਰਬਾ ਕੀਤਾ ਨਿੱਜੀ ਤੌਰ 'ਤੇ ਵੀ ਜਿਹੜਾ ਬੱਚਾ ਨਿਆਣੇ ਹੁੰਦੇ ਤੋਂ ਲੈ ਕੇ ਡਰਾਕਲ ਨਹੀਂ ਗਾ ਬੰਦੇ ਕੋਲ ਆਉਂ ਨਹੀਂ ਡਰਦਾ ਉਹ ਕਿਤੇ ਨਾ ਕਿਤੇ ਵੱਡਾ ਹੋ ਕੇ ਵੀ ਦਲੇਰ ਬਣ ਗਿਆ ਏਦਾਂ ਹੀ ਆ ਬਾਈ ਜਿਹੜੇ ਕੁੱਛੜ ਜੀ ਜੇ ਲੁਕੀ ਜਾਂਦੇ ਆ ਨਾ ਬੰਦੇ ਨੂੰ ਦੇਖ ਕੇ ਪੁੱਛਾ ਉਹਨਾਂ ਦੇ ਦਿਲ 'ਚੋਂ ਡਰ ਜਾ ਕੱਢਣਾ ਬਹੁਤ ਔਖਾ ਇਹ ਗੱਲ ਬਾਈ ਸਹੀ ਹਾਂ ਇਹ ਗਊਸ਼ਾਲਾ ਵਾਲੇ ਬਲਦਾਂ ਵਾਂਗੂ ਨਾ ਤਰੇਕਣੋਂ ਜੇ ਹੜਦੇ ਹੈਨਾ ਏਦਾਂ ਹੀ ਆ ਬਾਈ ਤੇ ਦਲੇਰੀ ਘੋੜੇ ਦਾ ਬਹੁਤ ਵੱਡਾ ਗੁਣ ਸਹੀ ਗੱਲ ਹੈ ਬਾਈ ਵੱਡੇ ਬਾਈ ਹਾਂ ਦਲੇਰ ਆ ਤੇ ਸਾਰਾ ਕੁਝ ਆ ਕਿਉਂਕਿ ਸਵਾਰੀ ਕਰਨ ਦਾ ਵੀ ਮਜ਼ਾ ਆਊਗਾ ਹਾਂ ਤੇ ਇੱਕ ਤਣ ਕੇ ਘੋੜਾ ਚੱਲੇਗਾ ਘੋੜਾ ਚੱਲੂਗਾ ਕਈ ਉਹਦੀਆਂ ਖੂਬੀਆਂ ਜਿਹੜੀਆਂ ਦਲੇਰੀ ਦੇ ਵਿੱਚ ਯਾਰ ਐਵੇਂ ਚਾਰ ਪੜਾਕੇ ਚੱਲ ਗਏ ਤੇ ਜੇ ਡਰੋਕਲ ਘੋੜੀ ਹੋਈ ਤੇ ਬੱਚੇ ਹੀ ਸਿੱਟ ਗਈ ਪੰਜਾਂ ਚੌਂ ਮਹੀਨਿਆਂ ਦਾ ਕਿਸੇ ਤੋਂ ਤਰੇਕ ਕੇ ਲਿਫਾਫਾ ਉੱਡਿਆ ਤੇ ਤੈਨੂੰ ਸਿੱਟ ਕੇ ਤੇ ਘਰੇ ਡੰਡੀ ਪਿਆ ਲਿਫਾਫੇ ਤੋਂ ਡਰਦਾ ਹੈਨਾ ਆਪਣੇ ਵਾਲਾ ਬਾਈ ਘੋੜਾ ਜਿਹੜਾ ਬਾਈ ਜੁਗਲ ਨੇ ਕੱਢਿਆ ਉਹਨੇ ਚਾਲ ਤੇ ਲਾਇਆ ਸੀ ਜਿਹੜਾ ਸਲਮਾਨ ਖਾਨ ਦੇ ਘੋੜਿਆਂ ਨੂੰ ਚਲਾਉਂਦਾ ਹਾਂ ਬਾਈ ਜੁਗਲ ਹਾਂ ਬਹੁਤ ਮਤਲਬ ਨਾ ਘੋੜਾ ਇੱਕ ਚੰਗਾ ਚੱਲ ਪਾਉਂਦਾ ਤੇ ਉਹਨੇ ਕੱਢਿਆ ਹੋਇਆ ਇਹ ਜਾਨਵਰ ਉੱਥੇ ਬਾਈ ਪ੍ਰਗਟ ਹੋਣਾ ਕੋਈ ਉਹਨਾਂ ਚਲਾਇਆ ਠੀਕ ਹੈ ਠੀਕ ਹੈ ਹਾਂ ਬਹੁਤ ਸੋਹਣਾ ਤੁਰਦਾ ਜਾਨਵਰ ਸ਼ੁਕਰ ਮਾਲਕ ਦਾ ਬਹੁਤ ਚੰਗਾ ਵਧੀਆ ਗੱਲ ਆ ਤੇ ਨਾਲ ਸਹਿਯੋਗ ਫਿਰ ਕੌਣ ਦਿੰਦਾ ਤੇਰੇ ਤੇਰੇ ਨਾਲ ਕੌਣ ਕਹਿੰਦਾ ਵੀ ਚੱਕੀ ਚੱਲ ਫੱਟੇ ਤੇਰੇ ਨਾਲ ਆ ਕੌਣ ਬਾਪੂ ਤਾਂ ਹੈਗਾ ਬਾਪੂ ਤਾਂ ਬਾਪੂ ਤੇ ਬਾਈ ਆ ਬਾਈ ਠੀਕ ਆ ਹਾਂ ਤੇ ਠੀਕ ਆਪਣਾ ਤੇ ਬੀਬੀ ਤਾਂ ਨਹੀਂ ਗਾਲਾਂ ਕੱਢਦੀ ਨਾ ਬਾਈ ਜਿਹੜਾ ਇਹ ਜਾਨਵਰ ਆ ਨਾ ਜੇ ਆਪਾਂ ਇਹ ਤੋਂ ਇੱਕ ਪਰਿਵਾਰ ਦੇ ਸੰਯੋਗ ਨਾਲ ਚੱਲਾਂਗੇ ਨਾ ਆਪਾਂ ਘਰ ਦੇ ਵਿੱਚ ਭਾਵੇਂ ਕੁੱਤਾ ਰੱਖ ਲਈਏ ਤੇ ਭਾਵੇਂ ਆ ਹਾਥੀਆਂ ਵਰਗੇ ਜਾਨਵਰ ਰੱਖ ਲਈਏ ਬਾਈ ਜੇ ਆਪਣੇ ਪਰਿਵਾਰ ਦੇ ਵਿੱਚੋਂ ਵੇਖ ਕੇ ਮੱਥੇ ਵੱਟ ਪਾਵਾਂਗੇ ਨਾ ਇਹਨਾਂ ਆਪੇ ਘਰੋਂ ਚਲੇ ਜਾਣਾ ਕੋਈ ਬੇਦੀ ਏਦਾਂ ਦੀ ਬਣਨੀ ਇਹਨਾਂ ਆਪੇ ਘਰੋਂ ਚਲ ਜਾਣਾ ਕਿਆ ਬਾਤ ਬਹੁਤ ਵੱਡੀ ਗੱਲ ਆਖੀ ਬਹੁਤ ਵੱਡੀ ਗੱਲ ਆਖੀ ਯਾਰ ਮੁੰਡਾ ਤੇਰਾ ਡੂੰਘਾ ਬਹੁਤ ਹੈ ਹੈ ਬਾਈ ਚਲੋ ਜੀ ਤੁਹਾਡੀ ਲਾਗ ਲੱਗ ਗਈ ਨਾਲ ਉਹਨੂੰ ਥੋੜ੍ਹਾ ਜਿਹਾ ਹੋਰ ਡੂੰਘਾ ਆ ਜਾਊਗਾ ਨਹੀਂ ਗੱਲ ਹੀ ਬਹੁਤ ਵੱਡੀ ਆਖਤੀ ਮੁੰਡੇ ਨੇ ਯਾਰ ਉਹ ਕਹਿੰਦਾ ਆਪੇ ਹੀ ਘਰੋਂ ਚਲੇ ਜਾਣਗੇ ਜੇ ਕਿਸੇ ਨੇ ਮੱਥੇ ਵੱਟ ਪਾ ਲਿਆ ਇਹ ਦੇਵਤੇ ਆ ਜਮਾ ਸਹੀ ਗੱਲ ਕਹਿਤੀ ਤੂੰ ਯਾਰ ਬਹੁਤ ਵੱਡੀ ਗੱਲ ਕਹਿਤੀ ਹਾਂ ਬਾਈ ਆਪਣੇ ਦਿਮਾਗ ਦੇ ਵਿੱਚ ਮੱਤ ਆ ਨਾ ਪਾਲਣੇ ਮੈਂ ਆ ਲਿਆਉਣੇ ਇਹਨੇ ਆ ਪਾਲਣੇ ਮੈਂ ਆ ਸਾਂਭ ਸੰਭਾਲ ਅਸੀਂ ਦੋਵਾਂ ਜੀਆਂ ਕਰਨੀ ਓ ਹੋ ਹਾਂ ਇਹ ਪੜ੍ਹਦਾ ਪੁੜ੍ਹਦਾ ਵੀ ਹਾਂਜੀ ਆ ਕਰ ਲਈ ਬਾਈ ਪਲੱਸ ਟੂ ਬਸ ਹੁਣ ਆਈਲੈਟ ਵਗੈਰਾ ਕਰ ਰਹੇ ਹਾਂ ਤੇ ਜੇ ਆਈਲੈਟਸ ਕਰਕੇ ਤੇ ਤੂੰ ਜਾ ਕੇ ਬਹਿ ਗਿਆ ਡਾਲਰਾਂ ਵਾਲੀ ਧਰਤੀ ਤੇ ਬਾਈ ਦਿਲ ਨਹੀਂ ਕਰਦਾ ਇਹ ਬਾਪੂ ਜ਼ੋਰ ਲਾਉਂਦਾ ਬਾਕੀ ਦਿਲ ਨਹੀਂ ਕਰਦਾ ਚਲੇ ਜਾ ਇਹ ਕਹਿੰਦਾ ਵੀ ਨਹੀਂ ਮੈਂ ਇੱਥੇ ਕੰਮ ਕਰਨਾ ਮੈਂ ਚੱਲ ਤੂੰ ਇੱਥੇ ਕਰਦਾ ਸ਼ੁਕਰ ਅਮਾ ਤੇਰੀ ਮਰਜ਼ੀ ਆ ਜੇ ਤੈਨੂੰ ਇਹ ਦੇਖ ਬਾਈ ਤੇਰੇ ਕੋਲ ਮੈਂ ਜਿੰਨਾ ਕੁ ਮੇਰਾ ਮਨ ਆ ਮੇਰਾ ਦਿਲ ਕਹਿੰਦਾ ਕਿ ਪੰਜਾਬ 'ਚ ਤੇਰੇ ਵਰਗੇ ਗੱਭਰੂਆਂ ਨਾਲ ਇਹ ਪੰਜਾਬ ਆ ਹੈ ਇਹ ਪੰਜਾਬ ਤੇਰੇ ਵਰਗੇ ਗੱਭਰੂਆਂ ਨਾਲ ਪੰਜਾਬ ਆ ਦਿਲ ਨਹੀਂ ਕਰਦਾ ਕਿ ਆ ਵਿਹੜੇ 'ਚ ਆ ਖੁਰਨੀਆਂ ਖਾਲੀ ਪਈਆਂ ਹੁਣ ਹੈ ਇਹ ਦਿਲ ਬਿਲਕੁਲ ਨਹੀਂ ਕਰਦਾ ਨਹੀਂ ਕਰਦਾ ਪਰ ਮਜਬੂਰੀਆਂ ਸਹੀ ਗੱਲ ਹੈ ਬਾਈ ਮਜਬੂਰੀਆਂ ਦੀ ਛੱਲ ਤੇਰੇ ਵਰਗੇ ਨੌਜਵਾਨਾਂ ਨੂੰ ਰੇੜ ਕੇ ਲੈ ਜਾਂਦੀ ਆ ਬਾਹਰ ਹੈ ਬਾਈ ਦੇਖ ਆਏ ਸਾਰੇ ਰੰਗੀ ਗਿਆ ਹਾਂ ਅਮੈਰੀਕਾ ਦੀ ਡੌਂਕੀ ਲਾ ਕੇ ਵੇਖ ਲਈ ਸਾਰਾ ਕੁਛ ਕਰਕੇ ਵੇਖ ਲਿਆ ਚਾਰ ਪੰਜ ਮਹੀਨੇ ਖਰਾਬ ਕਰਕੇ ਫਿਰ ਮੁੜ ਕੇ ਘਰ ਨੂੰ ਆਇਆ ਫਿਰ ਦਿਲ ਨਹੀਂ ਕਰਦਾ ਜਾਣ ਨੂੰ ਆ ਕੇ ਫਿਰ ਇਹਨੂੰ ਮੈਂ ਫਿਰ ਇਹ ਘੋੜਿਆਂ ਵਾਲੀ ਲੈਣ 'ਚ ਪਿਆ ਮੈਂ ਕਿਹਾ ਵੀ ਆ ਲੈਣ ਤੂੰ ਇਹਦੇ ਵਿੱਚ ਪਏ ਤੈਨੂੰ ਤਰੱਕੀ ਮਿਲੂ ਮਹਾਰਾਜ ਵੀ ਤੇਰੇ 'ਤੇ ਹੱਥ ਰੱਖੂ ਹਾਂ ਪਰਮੇਸ਼ਰ ਵੀ ਧਿਆਨ ਰੱਖੂ ਜੇ ਤੂੰ ਇਹਨਾਂ ਦੀ ਸੇਵਾ ਕਰੇਗਾ ਤਾਂ ਤੈਨੂੰ ਫਲ ਵੀ ਮਿਲੂ ਸ਼ੁਕਰ ਮਾਲਕ ਦਾ ਤੇ ਮੈਂ ਆਖਿਆ ਵੀ ਜੇ ਜਾ ਕੇ ਗੋਰਿਆਂ ਦੇ ਪੱਠੇ ਪਾਉਣੇ ਆ ਤੇ ਫਿਰ ਤੂੰ ਆਪਣਿਆਂ ਨੂੰ ਪਾਓ ਫਿਰ ਗੋਰਿਆਂ ਦੇ ਪੱਠੇ ਕੱਲ ਹੀ ਪਾਉਣੇ ਜੀ ਨਹੀਂ ਨਹੀਂ ਦੇਖ ਇੱਕ ਗੱਲ ਆ ਵੀ ਠੀਕ ਆ ਮਾਲਕ ਕਿਰਪਾ ਕਰੂਗਾ ਕੋਈ ਇੱਧਰ ਵੀ ਕਾਰੋਬਾਰ ਚੰਗਾ ਚੱਲ ਸਕਦਾ ਹੈ ਐਡੀ ਨਹੀਂ ਗੱਲ ਨਹੀਂ ਜੀ ਰੋਟੀ ਤੇ ਬੰਦਾ ਕਮਾ ਕੇ ਖਾ ਹੀ ਸਕਦਾ ਰੋਟੀ ਤਾਂ ਪੰਜਾਬ ਦੀ ਧਰਤੀ ਬਾਈ ਇਹੋ ਜਿਹੀ ਆ ਨਾ ਇਹ ਰੋਟੀ ਵੱਲੋਂ ਤਾਂ ਭੁੱਖਾ ਮਰ ਨਹੀਂ ਮਰਦਾ ਬਾਈ ਸਹੀ ਗੱਲ ਆ
ਰੋਟੀ ਵੱਲੋਂ ਭੁੱਖਾ ਨਹੀਂ। ਇਹਦੇ ਦਰ 'ਤੇ ਆਇਆ ਕੋਈ ਪੰਜਾਬ ਦਾ ਅੱਜ ਤੱਕ ਇਤਿਹਾਸ ਰਿਹਾ ਹੋਊ ਪੰਜਾਬ ਦਾ ਹੁਣ ਤੱਕ ਦਾ ਕਿ ਪੰਜਾਬ ਦੇ ਵਿੱਚ ਕੋਈ ਬੰਦਾ ਭੁੱਖ ਨਾਲ ਨਹੀਂ ਮਰਿਆ ਹੋਊ। ਹਾਂ, ਜ਼ਿਆਦਾ ਖਾ ਕੇ ਕੋਈ ਮਰ ਗਿਆ ਹੋਵੇ ਉਹ ਗੱਲ। ਹਾਂ, ਉਹ ਗੱਲ ਵੱਖਰੀ ਬਾਈ, ਸਹੀ ਗੱਲ। ਆਪਣੇ ਤਾਂ ਕਹਾਵਤ ਹੈ, ਹਾਂ, ਜਾਂ ਚੱਕ ਮਰੇ ਜਾਂ ਖਾ ਮਰੇ। ਹਾਂ, ਸਹੀ ਗੱਲ, ਹਾਂ ਸਹੀ ਗੱਲ ਹੈ। ਆਪਣੇ ਆਪਣੇ ਪੰਜਾਬ ਦੇ ਵਿੱਚ ਕਹਾਵਤ ਹੈ, ਹਾਂ, ਜਾਂ ਚੱਕ ਮਰੇ ਜਾਂ ਖਾ ਮਰੇ। ਹਾਂ, ਸਹੀ ਗੱਲ ਹੈ। ਆਪਣੇ ਕਦੇ ਇਹ ਕਹਾਵਤ ਨਹੀਂ ਹੋਈ ਵੀ ਭੁੱਖਾ ਮਰੇ। ਹਾਂ, ਭੁੱਖਾ ਮਰੇ, ਸਹੀ ਗੱਲ। ਸਹੀ ਗੱਲ, ਗੁਰੂ ਰਾਮਦਾਸ ਦੀ ਨਗਰੀ ਆ। ਰਾਮਦਾਸ ਦੀ ਨਗਰੀ ਨੂੰ ਉਸ ਤਰ੍ਹਾਂ ਹੀ ਵਾਰਿਆ ਜੀ। ਬਿਲਕੁਲ ਬਿਲਕੁਲ, ਬਹੁਤ ਚੰਗਾ ਲੱਗਿਆ ਸੁਣਿਆ। ਹਾਂ, ਫਿਰ ਵੀ ਘੋੜੇ ਲਈ ਤਾਂ ਤੈਨੂੰ ਸੰਪਰਕ ਕਰਨਾ ਹੀ ਕਰਨਾ। ਹਾਂਜੀ, ਮੈਨੂੰ ਲੱਗਦਾ ਵੀ ਕੋਈ ਇਸ ਗੱਲ ਲਈ ਵੀ ਸੰਪਰਕ ਕਰ ਲਏ ਵੀ ਭਾਈ ਜੇ ਕੋਈ ਬੱਚਾ ਬੁੱਚਾ ਕੋਈ ਮੂੰਹੋਂ ਦਿਲ ਲੱਗ ਗਿਆ, ਕੋਈ ਕੁੰਡੀ ਕਾਂਡੀ ਫਸਾਉਂਦਾ ਹੋਇਆ, ਕੋਈ ਤੈਨੂੰ ਹੀ ਲੱਗਦਾ ਹੋਇਆ ਤੇਰੇ ਵਰਗੇ ਘਰੇ ਹੀ ਚੱਲਿਆ, ਤਾਂ ਫਿਰ ਭਾਈ ਵਿਚਾਰ ਕਰ ਵੀ ਲਈ ਕੋਈ ਗੱਲ ਨਹੀਂ, ਨਵੇਂ ਘਰੇ ਕੋਈ ਬੂਟਾ ਲੱਗਦਾ ਹੋਇਆ। ਠੀਕ ਹੈ, ਕੋਈ ਗੱਲ, ਠੀਕ ਹੈ ਕਿ ਨਹੀਂ? ਹਾਂ, ਕਰ ਲਾਂਗੇ। ਤੇ ਕੋਈ ਗੱਲ ਨਹੀਂ, ਬੱਧੋਗਰੀ ਕੋਈ ਨਹੀਂ ਵੀ ਮੈਂ ਤੈਨੂੰ ਕਹਾਂ ਵੀ ਤੂੰ ਦੇਣਾ ਹੀ ਦੇਣਾ। ਨਾ ਨਾ, ਕੋਈ ਗੱਲ ਨਹੀਂ, ਕਿਉਂਕਿ ਮੈਨੂੰ ਐਂ ਜੇ ਲੱਗਦਾ ਵੀ ਮਾੜਾ ਮੋਟਾ ਤੂੰ ਸਵਾਦ ਜਿਹਾ ਵੀ ਦੇਖ ਲੈ ਨਾ, ਹਜੇ ਤਾਂ ਲਾਏ ਹੀ ਆ। ਬਈ ਮੈਨੂੰ ਐਂ ਜੇ ਲੱਗਦਾ ਨਾ ਵੀ ਮੁੰਡੇ ਦੇ ਮਾੜਾ ਜਿਹਾ ਜਾਂ ਲੱਗ ਜੇ ਨਾ ਮਾੜਾ ਜਿਹਾ ਵੀ ਚੱਲ ਕੋਈ ਨਾ, ਹਨਾ, ਵੀ ਕੋਈ ਵੱਟਿਆ ਵੀ ਰੁਪਈਆ। ਹਾਂਜੀ, ਕੋਈ ਇਹੋ ਜਿਹਾ ਸਿਸਟਮ ਹੋ ਜੇ ਚੰਗੀ ਗੱਲ ਆ, ਮਾਲਕ ਕਿਰਪਾ ਕਰੇ। ਹਾਂਜੀ, ਦਾਤਾ ਤੇਰੇ ਜਾਨਵਰਾਂ ਨੂੰ ਬਿਮਾਰੀ ਠਮਾਰੀ ਤੋਂ ਭਾਈ ਬਚਾ ਕੇ ਰੱਖੇ, ਪਰਮਾਤਮਾ ਤੇਰੀ ਸੋਚ ਨੂੰ ਚੜ੍ਹਦੀ ਕਲਾ ਬਖਸ਼ੇ। ਜਿਹੜਾ ਸ਼ੌਂਕ ਹੁੰਦਾ ਸੋਹਣਿਆ, ਮੈਂ ਤੈਨੂੰ ਐਂ ਤਾਂ ਨਹੀਂ ਕਹਿੰਦਾ ਵੀ ਤੇਰਾ ਆਹੀ ਸ਼ੌਂਕ ਰੁਜ਼ਗਾਰ ਬਣ ਜੂ, ਪਰ ਤੇਰਾ ਆਹੀ ਸ਼ੌਂਕ ਤੇਰੇ ਕਿਸੇ ਹੋਰ ਰੁਜ਼ਗਾਰ ਦਾ ਕਾਰਨ ਬਣ ਜੂ। ਸਹੀ ਗੱਲ ਹੈ ਬਾਈ, ਮੈਂ ਬਾਈ ਇਹ ਚੀਜ਼ ਸੋਚਦਾ ਹੈ ਵੀ ਜਿਹੜਾ ਜਾਨਵਰ ਆ ਨਾ, ਆਪਾਂ ਨੂੰ ਇੱਕ ਮਨਮਤ ਆ ਆਪਣੀ, ਆਪਣੇ ਸਿਰ ਦੇ ਵਿੱਚ ਮਾਲਕ ਨੇ ਦਿਮਾਗ ਪਾਇਆ, ਇੱਕ ਸੋਝੀ ਦਿੱਤੀ ਆਪਾਂ ਨੂੰ। ਆਪਾਂ ਨੂੰ ਪਤਾ ਵੀ ਆਪਾਂ ਗੁਰੂ ਘਰ ਜਾ ਕੇ ਮੱਥਾ ਟੇਕਣਾ ਹੈ ਸਾਡਾ ਰੱਬ ਆ, ਆਪਾਂ ਅੰਦਰੋਂ ਜਾ ਕੇ ਪੇੜਾ ਵੱਟ ਕੇ ਇਹਦੇ ਮੂੰਹ ਦੇ ਵਿੱਚ ਦੇਵਾਂਗੇ ਨਾ, ਇਹਦੇ ਲਈ ਆਪਣੇ ਤੋਂ ਵੱਡਾ ਰੱਬ ਕੋਈ ਨਹੀਂ, ਇਹਨੇ ਸਦਾ ਹੀ ਸੁੱਖ ਮੰਗਣੀ ਆਪਣੀ। ਬਿਲਕੁਲ ਬਿਲਕੁਲ ਬਿਲਕੁਲ, ਅਤੇ ਜੇਠੋਂ ਮਿਲਦਾ ਉਹਦੇ ਬਾਰੇ ਕਦੇ ਇਹ ਜਾਨਵਰ ਉਹ ਨਹੀਂ ਸੋਚਦਾ। ਮੈਂ ਅੱਗੇ ਕਹਿੰਦਾ ਹੁੰਦਾ ਕਿ ਨਫ਼ਾ ਅਤੇ ਵਫ਼ਾ ਦੋ ਚੀਜ਼ਾਂ ਹੁੰਦੀਆਂ, ਨਫ਼ਾ ਤੇਰੀ ਕਿਸਮਤ ਦਾ, ਵਫ਼ਾ ਇਹਨਾਂ ਦੀ ਗਰੰਟੀ ਆ। ਇਹ ਤੈਨੂੰ ਵਫ਼ਾ ਦੇ ਸਕਦੇ ਆ, ਨਫ਼ਾ ਤੇਰੇ ਮੁਕੱਦਰ ਦਾ, ਪਰ ਮੈਂ ਤੈਨੂੰ ਇੱਕ ਗੱਲ ਦੀ ਗਰੰਟੀ ਦਿੰਦਾ, ਤੇਰਾ ਸ਼ੌਂਕ ਤੇਰਾ ਰੁਜ਼ਗਾਰ ਬਣੇ ਨਾ ਬਣੇ ਇਸ ਗੱਲ ਦੀ ਕੋਈ ਜ਼ਿੰਮੇਵਾਰੀ ਨਹੀਂ, ਪਰ ਤੇਰਾ ਇਹ ਸ਼ੌਂਕ ਤੈਨੂੰ ਕੋਈ ਹੋਰ ਰੁਜ਼ਗਾਰ ਤੋਰਨ ਵਾਸਤੇ ਮਜਬੂਰ ਕਰ ਦੂ। ਹਾਂ, ਜ਼ਰੂਰ ਭਾਈ, ਕਿ ਭਾਈ ਇਹਨਾਂ ਨੂੰ ਖਵਾਉਣਾ ਕਿਸੇ ਪਾਸੋਂ ਤਾਂ ਲਿਆ ਕੇ ਖਵਾਉਣਾ, ਅਤੇ ਤੂੰ ਕਿਸੇ ਨਾ ਕਿਸੇ ਪਾਸੇ ਹੱਥ ਪੈਰ ਮਾਰੇਗਾ, ਕਿਤੇ ਨਾ ਕਿਤੇ ਤੂੰ ਨੌਂਦਰ ਲੈਣੀ ਆ ਫਸਾ, ਅਤੇ ਤੇਰਾ ਸਿਸਟਮ ਇਹ ਆਈ ਚੱਲੀ ਜਾ। ਲੋੜ ਕਾਂਢ ਦੀ ਮਾਂ ਹੁੰਦੀ ਆ, ਮੇਰਾ ਤਜਰਬਾ ਹੈ। ਮੇਰੇ ਘਰ ਪਹਿਲਾਂ ਫੰਡਰ ਘੋੜੀ ਆਈ ਸੀ, ਹਾਲਾਤ ਮਾੜੇ ਸੀ, ਭਿੰਡੀਆਂ ਬੀਜ ਲਈਆਂ, ਗੋਭੀ ਬੀਜ ਲਈ, ਪਿੰਡ 'ਚ ਵੇਚਣ ਲੱਗ ਗਏ, ਇਹੀ ਸੋਚ ਕੇ ਬਈ ਚੱਲ ਕੋਈ ਗੱਲ ਨਹੀਂ ਬਾਈ ਘੋੜੀ ਜੋਗਾ ਤਾਂ 100 ਲਿਆਵਾਂਗੇ। ਉਹ 100 ਤੋਂ 200 ਹੋ ਗਿਆ, 200 ਤੋਂ 500 ਹੋ ਗਿਆ, ਘੋੜੀ ਉਹੀ 100 ਖਾਂਦੀ ਰਹੀ, ਅਸੀਂ ਉਹ ਆਮਦਨ ਨੂੰ 1000 ਰੁਪਈਏ 'ਤੇ ਲੈ ਗਏ, 2000 ਤੇ ਲੈ ਗਏ, ਠੀਕ ਹੈ ਕਿ ਨਹੀਂ? ਮੈਂ ਫਿਰ ਉਹ 2 ਤੇ ਲੈ ਗਏ, ਫਿਰ ਮੈਨੂੰ ਇੱਕ ਥਾਂ ਕੰਮ ਮਿਲ ਗਈ, ਜੋਬ ਮਿਲ ਗਈ, ਮੈਂ ਉਹ ਕਰ ਲਈ, ਨਾਲ ਮੈਨੂੰ ਇੱਕ ਜੋਬ ਦੇ ਨਾਲ ਹੋਰ ਜੋਬ ਮਿਲ ਗਈ, ਮੈਂ ਉਹ ਕਰ ਲਈ, 2 ਜੋਬਾਂ ਦੇ ਨਾਲ ਇੱਕ ਹੋਰ ਜੋਬ ਮਿਲ ਗਈ, ਮੈਂ ਉਹ ਕਰ ਲਈ। ਐਟ ਏ ਟਾਈਮ ਮੈਂ 3 ਜੋਬਾਂ ਕਰਦਾ ਸੀ। ਅੱਛਾ, ਇੱਕ ਮੈਂ ਚੈਨਲ 'ਚ ਜੋਬ ਕਰਦਾ ਸੀ, ਇੱਕ ਮੈਂ ਰੇਡੀਓ 'ਤੇ ਜੋਬ ਕਰਦਾ ਸੀ, ਇੱਕ ਮੈਂ ਦਵਾਈਆਂ ਵਾਲੀ ਕੰਪਨੀ ਜੋਬ ਕਰਦਾ ਸੀ, ਅਤੇ ਨਾਲ ਮੈਂ ਆਪਦੀ ਦੁਕਾਨ ਚਲਾਉਂਦਾ ਸੀ। ਇੰਨੇ ਕੰਮ ਕਰ ਲਏ, ਤੇ ਉਦੋਂ ਬਾਅਦ ਮੇਰੇ ਆਹ ਢਾਂਚਾ ਕੈਮਰਿਆਂ ਵਾਲਾ ਆ ਗਿਆ, ਸੂਤ, ਠੀਕ ਹੈ ਕਿ ਨਹੀਂ? ਫਿਰ ਮੈਂ ਇਹ ਕਰ ਲਿਆ, ਮਤਲਬ ਮੇਰੇ ਸ਼ੌਂਕ ਨੇ ਮੈਨੂੰ ਰੁਜ਼ਗਾਰ ਲੱਭਣ ਵਾਸਤੇ ਮਜਬੂਰ ਕਰ ਦਿੱਤਾ। ਅਸਲ ਦੇ ਵਿੱਚ ਜਿਹੜਾ ਤੁਹਾਡਾ ਸ਼ੌਂਕ ਹੈ ਉਹ ਤੁਹਾਡਾ ਰੁਜ਼ਗਾਰ ਬਣੇ ਨਾ ਬਣੇ, ਉਹ ਤੁਹਾਡੇ ਰੁਜ਼ਗਾਰ ਦਾ ਕਾਰਨ ਬਣ ਕਾਰਨ ਬਣ ਜੂਗਾ, ਜ਼ਰੂਰ ਬਣ ਜੂਗਾ ਬਾਈ, ਠੀਕ ਹੈ ਕਿ ਨਹੀਂ? ਹਾਂ, ਉਹ ਜ਼ਰੂਰ ਬਣ ਜੂਗਾ ਜੇ ਤੁਹਾਨੂੰ ਸ਼ੌਂਕ ਹੈ। ਹਾਂ, ਜੇ ਤੈਨੂੰ ਰੀਸ ਹੈ ਵੀ ਫਲਾਨੇ ਦੇ ਰੱਖੇ ਤਾਂ ਮੈਨੂੰ ਵੀ ਰੱਖਣੇ ਆ, ਉਹ ਰੀਸ ਅਤੇ ਸ਼ੌਂਕ 'ਚ ਫਰਕ ਹੁੰਦਾ। ਹਾਂ ਬਾਈ, ਹੈ ਨਾ ਬਾਈ, ਬਾਈ ਰੀਸ ਵਾਲੇ ਜ਼ਿਆਦਾ ਚਿਰ ਨਹੀਂ ਰਹਿੰਦੇ। ਹਾਂ, ਰੀਸ ਵਾਲਾ ਫਿਰ ਬਾਲਾ ਚਿਰ, ਰੀਸ ਫਿਰ ਬਾਲਾ, ਹੈ ਨਾ,
ਰੀਸ ਤੇ ਬਾਈ ਆਪਾਂ ਜੇ ਆਪਣੇ ਅੰਦਰ ਸ਼ੌਂਕ ਨਹੀਂ ਆ ਜੇ ਆਪਾਂ ਵਿਹਨੇ ਆ ਨਾ ਵੀ ਕਿਸੇ ਦੇ ਘਰ ਦੇ ਵਿੱਚ ਘੋੜੀ ਵੱਜੀ ਆ ਤੇ ਆਪਾਂ ਉੱਥੇ ਜਾ ਕੇ ਕਰਦੇ ਆ ਵੀ ਹੋ ਇਹੋ ਜੀ ਤੇ ਮੇਰੇ ਵਾੜੇ ਚ ਚਾਹੀਦੀ ਆ ਬਾਈ ਉਹ ਨੀਤਾਂ ਬਾਹਲਾ ਚਿਰ ਨਹੀਂ ਫਲਦੀਆਂ ਹਾਂ ਇਹ ਹੈਗਾ ਕਿ ਮਾਲਕ ਕਿਰਪਾ ਕਰੇ ਇਹਦੇ ਵਾੜੇ ਚ ਵੀ ਖੜੀ ਹੋਵੇ ਤੇ ਕਿਸੇ ਦਿਨ ਮੇਰੇ ਵਾੜੇ ਚ ਵੀ ਹੋਵੇ ਸੁਪਨਾ ਹਾਂ ਸੁਪਨਾ ਹਾਂ ਜੀ ਸੁਪਨਾ ਬੰਦੇ ਨੂੰ ਹਰ ਇੱਕ ਨੂੰ ਲੈਣਾ ਚਾਹੀਦਾ ਲਾਉਣਾ ਹੈ ਸੁਪਨਾ ਸੁਪਨਾ ਚੰਗੀ ਚੀਜ਼ ਆ ਮਾੜੀ ਨੀਤ ਮਾੜੀ ਚੀਜ਼ ਸੁਪਨੇ ਤੇ ਮਾੜੀ ਨੀਤ ਚ ਬੜਾ ਫਰਕ ਹੈ ਹੈ ਮੈਂ ਅੱਗੇ ਕਹਿੰਦਾ ਉਹਨਾਂ ਵੀ ਆਕੜ ਖੋਰ ਤੇ ਅਣਖੀ ਚ ਫਰਕ ਹੁੰਦਾ ਹੈ ਸ਼ਕੀਨ ਤੇ ਫੋਗਰੇ ਚ ਫਰਕ ਹੁੰਦਾ ਹੁਣ ਤੇਰੇ ਤੋਂ ਇੱਕ ਗੱਲ ਦਾ ਇਹ ਪਤਾ ਲੱਗ ਗਿਆ ਵੀ ਭਾਈ ਸੁਪਨੇ ਤੇ ਮਾੜੀ ਨੀਤ ਚ ਵੀ ਫਰਕ ਬਹੁਤ ਚੰਗਾ ਬਈ ਮੱਲੋ ਮੈਨੂੰ ਐਂ ਲੱਗਦਾ ਵੀ ਤੇਰੇ ਨਾਲ ਬਹਿ ਕੇ ਸਤਸੰਗ ਕਰ ਲਈ ਸਵਾਦ ਆਇਆ ਮੈਨੂੰ ਲੱਗਦਾ ਵੀ ਤੇਰੇ ਘੋੜੇ ਵੀ ਲੋਕਾਂ ਨੂੰ ਪਸੰਦ ਆਏ ਹੋਣਗੇ ਕਿਉਂਕਿ ਗੱਲਾਂ ਆਪਾਂ ਕੀਤੀਆਂ ਘੋੜੇ ਤੇਰੇ ਲੋਕ ਦੇਖ ਹੀ ਗਏ ਆ ਹਾਂਜੀ ਹੈ ਨਾ ਬਾਈ ਤੇ ਹੁਣ ਕੀ ਹੋਰ ਇਰਾਦਾ ਵੀ ਹੋਰ ਹੁਣ ਤਾਂ ਤੇਰਾ ਘੋੜਾ ਹੀ ਬਰੀਡਿੰਗ ਕਰੂਗਾ ਹਾਂ ਬਾਈ ਘੋੜੇ ਤੇਰਾ ਘੋੜਾ ਮੇਰੇ ਹਿਸਾਬ ਨਾਲ ਘੋੜੀਆਂ ਤੋਂ ਅਲੱਗ ਲੈਂਦਾ ਸਾਰੀਆਂ ਤੋਂ ਹਾਂ ਸਾਰੀਆਂ ਤੋਂ ਅਲੱਗ ਲੈਂਦਾ ਹੈ ਨਾ ਹਾਂ ਸਾਰੀਆਂ ਤੋਂ ਅਲੱਗ ਲਾਈਨ ਆ ਤੇ ਇੱਕ ਬਰੀਡ ਵੀ ਚੰਗੀ ਆਊਗੀ ਹਾਂ ਮਾਂ ਪਿਓ ਵੱਲੋਂ ਹਾਂ ਮਾਂ ਪਿਓ ਵੱਲੋਂ ਚੰਗਾ ਹੋ ਜਾਊਗਾ ਹਾਂ ਬੱਚਾ ਕਰ ਲਓ ਇੱਕ ਦੋਵਾਂ ਪਾਸੋਂ ਆਪਾਂ ਜ਼ਿਆਦਾਤਰ ਇਹੋ ਕੋਸ਼ਿਸ਼ ਕਰ ਰਹੇ ਹਾਂ ਵੀ ਲਾਈਨਾਂ ਦੀਆਂ ਆਪਣੇ ਕੋਲ ਘੋੜੀਆਂ ਆਉਣ ਉਧਰੋਂ ਘੋੜਾ ਵੀ ਆਪਣਾ ਚੰਗੀ ਲਾਈਨ ਦਾ ਗਾਂ ਲਾਈਨ ਵਾਲੇ ਬੱਚੇ ਆਉਣ ਆਪਣੇ ਕੋਲ ਫਿਰ ਇਹਨਾਂ ਨੂੰ ਮੈਂ ਇੱਕ ਗੱਲ ਕਹੀ ਆ ਹਾਂ ਮੈਂ ਕਿਹਾ ਵੀ ਘੋੜਾ ਛੱਡਣਾ ਕੀ ਕਿਸੇ ਗਰੀਬ ਦੀ ਵੀ ਘੋੜੀ ਆ ਗਈ ਹੈ ਨਾ ਹਾਂਜੀ ਤੇ ਜੋ ਕੁਛ ਉਹਦੇ ਕੋਲ ਹੈਗਾ ਨਾ ਜੀ ਉਹ ਲੈ ਲਓ ਸੱਤ ਕਰਕੇ ਰੱਖ ਲਿਓ ਉਹ ਪਤਾ ਨੀ ਤੁਹਾਡਾ ਲੱਖਾਂ ਵਰਗਾ ਜਿਹੜੇ ਘੋੜਾ ਇੰਡਸਟਰੀ ਦੀਆਂ ਜੜਾਂ ਆ ਨਾ ਲੋਕ ਜੀ ਬਾਈ ਉਹ ਸੋਹਣਿਆ ਆਪਣੇ ਵਰਗੇ ਜ਼ਿਮੀਦਾਰ ਹੀ ਆ ਜੀ ਬਾਈ 100% ਹੈ ਜਿਹੜੇ ਜਿਨ੍ਹਾਂ ਨੂੰ ਆਪਾਂ ਇਹ ਕਹਿ ਸਕਦੇ ਵੀ ਘੋੜਾ ਇੰਡਸਟਰੀ ਜਿਨ੍ਹਾਂ 'ਤੇ ਖੜੀ ਆ ਜਿਹੜੇ ਇਹਨਾਂ ਜਿੱਥੋਂ ਇਹ ਨੀਂਹ ਆ ਸਹੀ ਗੱਲ ਹੈ ਬਾਈ ਤੇ ਨੀਂਹਾਂ ਹਮੇਸ਼ਾ ਥੱਲੇ ਦੱਬੀਆਂ ਹੀ ਰਹਿ ਜਾਂਦੀਆਂ ਹਾਂ ਦੱਬੀਆਂ ਹੀ ਰਹਿ ਜਾਂਦੀਆਂ ਨਾ ਨੀਂਹ ਕਿਸੇ ਨੂੰ ਦਿਸਦੀ ਆ ਹਾਂ ਨਾ ਜੜ ਕਿਸੇ ਨੂੰ ਦਿਸਦੀ ਹੈ ਸਹੀ ਗੱਲ ਹੈ ਤੇ ਪਰ ਜੇ ਨੀਂਹ ਤੇ ਜੜ ਪੱਟੀ ਜਾਵੇ ਮਾਰਤਾਂ ਡਿੱਗ ਪੈਂਦੀਆਂ ਸੁੱਕ ਜਾਂਦੇ ਆ ਸਹੀ ਗੱਲ ਹੈ ਮੈਂ ਤੈਨੂੰ ਜੜ ਦੀ ਇੱਕ ਗੱਲ ਦੱਸਦਾ ਗੱਲ ਸੁਣਨ ਵਾਲੀ ਆ ਮੈਂ ਨਾ ਇੱਕ ਦਰਖਤ ਦੇ ਕੋਲ ਦੀ ਲੰਘਿਆ ਕਰਾਂ ਸੱਚੀ ਕਹਾਣੀ ਆ ਸੋਹਣਿਆ ਸੱਜਣਾ ਹਾਂਜੀ ਬਿਲਾਸਪੁਰ ਪਿੰਡ ਦੇ ਵਿੱਚ ਛੱਪੜ ਦੇ ਕਿਨਾਰੇ 'ਤੇ ਇੱਕ ਬੋੜ ਸੀ ਅੱਛਾ ਬਾਈ ਅਤੇ ਆਹ ਹੀ ਰੁੱਤ ਮਾਰਚ ਅਪ੍ਰੈਲ ਦੇ ਦਿਨ ਅਤੇ ਮੈਂ ਉਹਦੇ ਕੋਲ ਦੀ ਲੰਘਿਆ ਕਰਾਂ ਕਿਉਂਕਿ ਬਿਲਾਸਪੁਰ ਸਾਡੀ ਫੈਨਸ ਸੀ ਦਫ਼ਤਰ ਸੀ ਸਾਡਾ ਅੱਛਾ ਬਾਈ ਅਤੇ ਉਹ ਕਿਸ਼ਤਾਂ ਕੁਸ਼ਤਾਂ ਇਕੱਠੀਆਂ ਕਰਦਿਆਂ ਨੂੰ ਬਾਈ ਮੈਨੂੰ ਛੋਟੇ ਭਰਾ ਲੱਭੇ ਮੱਝ ਜਾਣੇ ਦੱਸ ਗਿਆ ਨਾ ਅਤੇ ਮੈਂ ਜਾਣਾ ਜਦੋਂ ਲੰਘਣਾ ਅਤੇ ਮੈਨੂੰ ਕਈ ਵਾਰੀ ਗਰਮੀ ਹੋਣੀ ਅਤੇ ਉੱਥੇ ਨਾ ਬਿਲਾਸਪੁਰ ਦੇ ਲੋਕ ਬੜੇ ਚੰਗੇ ਆ ਆਹ ਜਿਹੜਾ ਮੋਗਾ ਬਿਲਾਸਪੁਰ ਖਿੱਦੂ ਦਾ ਪਿੰਡ ਆ ਹਾਂਜੀ ਉਹਨਾਂ ਦੇ ਨਾ ਉੱਥੇ ਥੱਲੇ ਘੜਾ ਰੱਖਿਆ ਪਿਆ ਹੁਣ ਬੋੜ ਨੂੰ ਵੀ ਜੇ ਤੂੰ ਨਾ ਹੁੰਦਾ ਤੇ ਧਰਤੀ ਮੱਚ ਜਾਂਦੀ ਮੈਂ ਆਪਦੇ ਮਨ ਚ ਇਹ ਗੱਲ ਕਹਿਣੀ ਵੀ ਜੇ ਤੂੰ ਨਾ ਹੁੰਦਾ ਤੇ ਧਰਤੀ ਮੱਚ ਜਾਂਦੀ ਚਲੋ ਜੀ ਕੁਛ ਟਾਈਮ ਲੰਘਿਆ ਅਤੇ ਇੱਕ ਵਾਰੀ ਨਾ ਬਾਈ ਬੜਾ ਵੱਡਾ ਝੱਖੜ ਆਇਆ ਅੱਛਾ ਬਾਈ ਅਤੇ ਬੋੜ ਪੱਟਿਆ ਗਿਆ ਬੋੜ ਪੱਟਿਆ ਗਿਆ ਅਤੇ ਦੂਏ ਦਿਨ ਜਦੋਂ ਮੈਂ ਲੰਘਿਆ ਅਤੇ ਵੇਖਿਆ ਕਿ ਬਾਈ ਧਰਤੀ ਤਾਂ ਨਹੀਂ ਸੀ ਮੱਚੀ ਪਰ ਉਹ ਬੋੜ ਮੱਚਿਆ ਪਿਆ ਸੀ ਫਿਰ ਮੇਰੇ ਦਿਮਾਗ 'ਚੋਂ ਇੱਕ ਭੁਲੇਖਾ ਦੂਰ ਹੋਇਆ ਬਈ ਇਹ ਧਰਤੀ ਨੂੰ ਮੱਚਣੋਂ ਨਹੀਂ ਬਚਾ ਰਿਹਾ ਸੀ ਧਰਤੀ ਇਹਨੂੰ ਮੱਚਣੋਂ ਬਚਾ ਰਹੀ ਸੀ ਸਹੀ ਗੱਲ ਹੈ ਹੈ ਤੇ ਬੜੇ ਵਾਰੀ ਬੜੇ ਵੱਡੇ ਬੋੜਾਂ ਨੂੰ ਇਹ ਭੁਲੇਖਾ ਹੋ ਜਾਂਦਾ ਹੈ ਕਿ ਜੜਾਂ ਨੂੰ ਅਸੀਂ ਮੱਚਣੋਂ ਬਚਾ ਰਹੇ ਹਾਂ ਅਸਲ ਦੇ ਵਿੱਚ ਜੜਾਂ ਉਹਨੂੰ ਮੱਚਣੋਂ ਬਚਾ ਰਹੀਆਂ ਸਹੀ ਗੱਲ ਹੈ ਬਾਈ ਤੇ ਜੜਾਂ ਦਿਸਦੀਆਂ ਨਹੀਂ ਕਿਸੇ ਨੂੰ ਸਹੀ ਗੱਲ ਤੇ ਬਹੁਤ ਵਾਰੀ ਲੋਕ ਜੜਾਂ ਨੂੰ ਐਂ ਲੱਗ ਜਾਂਦੇ ਆ ਪੱਟਣ ਤੇ ਫਿਰ ਉਹ ਦਰਖਤ ਡਿੱਗ ਪੈਂਦੇ ਆ
ਤੇ ਆ ਜਿਹੜੀ ਵੱਡੇ ਬਾਈ ਨੇ ਗੱਲ ਆਖੀ ਹੈ ਇਹ ਜੜਾਂ ਨੂੰ ਮਿੱਟੀ ਲਾਉਣ ਵਾਲੀ ਗੱਲ ਹੈ ਜੀ ਠੀਕ ਹੈ ਕਿ ਨਹੀਂ ਬਾਈ ਆਪਣਾ ਨਾ ਅਸੂਲ ਹੈ ਇੱਕ ਹਾਂ ਵੀ ਆਪਾਂ ਇਹ ਚੀਜ਼ ਪਰਚੀ ਕੱਟ ਕੇ ਦਿੰਨੇ ਅਗਲੇ ਨੂੰ ਲਿਖ ਕੇ ਦਿੰਨੇ ਆ ਹਾਂ ਵੀ ਤੇਰੀ ਘੋੜੀ ਤਿੰਨ ਵਾਰ ਬਣਾਣਾ ਖਲੋਵੇ ਤੀਜੀ ਵਾਰ ਵੀ ਘੋੜਾ ਉਸੇ ਫੀਸ 'ਚ ਛੱਡਾਂਗੇ ਘੋੜੀ ਫਲ ਸੁੱਟ ਜਾਂਦੀ ਆ ਆਪਾਂ ਫਿਰ ਵੀ ਘੋੜਾ ਫ੍ਰੀ ਛੱਡਾਂਗੇ ਓ ਹੋ 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 ਕਿਆ ਬਾਤ ਕਿਆ ਵੀ ਅਗਲੇ ਦੀ ਇਹ ਰੀਝ ਨਾ ਰਹਿ ਜੇ ਵੀ ਮੈਂ ਇਹ ਘੋੜੇ ਤੋਂ ਬੱਚਾ ਲੈਣਾ ਹੈ ਤੇ ਮੇਰੇ ਘਰ ਦੇ ਵਿੱਚ ਇੱਕ ਚੰਗਾ ਜੀਵ ਪੈਦਾ ਹੋਵੇ ਤੇ ਮੇਰੀ ਰੀਝ ਕਿਤੇ ਵਿੱਚੇ ਨਾ ਟੁੱਟ ਜੇ ਓ ਹੋ ਕਿਆ ਬਾਤ ਕਿਆ ਬਾਤ ਬਹੁਤ ਚੰਗਾ शुकर मालक दाता तेरे ते मेहर रखे भाई बहुत चंगा लग्या बहुत आनंद आया मैनू ए लगता भी ये तो क्लास बन गई दूजी है ये तो गल होर पास है ना भाई पर जिधर नू भी गईया हाँ चंगिया ही हो चंगिया ही गईया चंगे पास नू गईया मैनू ए हों कि जे कोई नौजवान गल सुनता है कोई एक दो चार सुन उहदे पल्ले गल पै जे सही गल है पल्ले पै जे मैनू चंगा बहुत लग्या भाई बहुत आनंद आया मिलते रहेंगे आते रहेंगे ये रिश्ता बनिया रहूगा अपना सही गल है ठीक है कि नहीं गाहक दुकानदार वाला रिश्ता बाद दी गल है एक तेरे बड़े भरा वाला या चाचे वाला कह ली वो जरूर बनिया रहूगा ज्यौंदा रहे बहुत बहुत धन्यवाद वीडियो शेयर कर दिओ भी सज्जनों मुंडे की सपोर्ट करो मुंडे नूं हौसला दिओ फोन करो घोड़ा भी आपां चलाउणा है मुंडे का ते मुंडे नूं आपां बई ये गल आ भी हौसला देना ते उम्मीद करदा वाहिगुरु अगे अरदास करदा कि दाता हरेक दी खुरनी ते उहदा शौक खड़ा होवे दाता हरेक दा शौक पूरा करे वाहिगुरु हरेक